ਮੈਂ ਕੋਈ ਰਾਜੇ ਵੜਿੰਗ ਦੀ ਤਾਰੀਫ਼ ਨਹੀਂ ਕੀਤੀ ਇਸ ਤਰੀਕੇ ਨਾਲ ਵੀ ਰਾਜਾ ਵੜਿੰਗੀ ਅੱਜ ਅਲਟੀਮੇਟ ਆ ਮੈਂ ਐਵੇਂ ਕਹੀ ਜਾਵਾਂ ਨਹੀਂ ਨਹੀਂ ਸਭ ਕੋਠੀ ਕਾਂਗਰਸ ਪਾਰਟੀ 'ਚ ਬਹੁਤ ਕਮੀਆਂ ਪੇਸ਼ੀਆਂ ਹੈਗੀਆਂ ਰਾਜੇ ਵੜਿੰਗ ਕੇ ਤਾਂ ਮੈਨੂੰ ਤਰਸਾਨ ਲੱਪਿਆ ਘਰ ਦੀ ਨੂੰ ਮਨਾਦੇ ਮਨਾਦੇ ਸਾਰੇ ਪਾਰਟੀ ਨੂੰ ਮਨਾਣਾ ਪੈ ਰਿਹਾ ਹਰ ਦਿਨ ਮਨਾਣਾ ਪੈ ਰਿਹਾ ਨਾਰਾ ਪਹਿ ਰਿਹਾ ਕਲੇਸ਼ ਪੈ ਗਿਆ ਮੈਂ ਕਹਿੰਦਾ ਫੁੱਲ ਰਾਮ ਰੋਲਾ ਪਿਆ ਹੋਇਆ ਸ਼ਾਦਾ ਫੋਨ ਆਇਆ ਬਿੱਟੂ ਹਣੀ ਕਹਿੰਦਾ ਠੀਕ ਆ ਜੀ ਅੱਜ ਅਸੀਂ ਪੱਟਾ ਪਾ ਲਿਆ ਜਾਂ ਤਾਂ ਡਰਪੋਕ ਆ ਜਾਂ ਕਮੀਨਾ ਵਾ ਮੇਰੇ ਰਵਨੀਤ ਬਿੱਟੂ ਦੀ ਕਮੀਨੀ ਕੀ ਹੈ ਕਮਿਊਨਕੀ ਨਹੀਂ ਆ। ਯਾਰ ਮੈਂ ਆਪਣਾ ਪ੍ਰੋਬਲਮ ਕਿਹੜੇ ਪ੍ਰਿੰਸੀਪਲ 'ਚ ਟਿਕਟ ਲਾ ਕੇ। ਉਹ ਦਿਨ ਪਹਿਲਾਂ ਇੱਕ ਬੰਦਾ ਜੁਆਇਨ ਕਰਾਉਣੀ ਉਹਨੂੰ ਟਿਕਟ ਦੇ ਦੇਣੇ ਉੱਥੇ ਕਿਹੜਾ ਪ੍ਰਿੰਸੀਪਲ ਹੈ? ਪਾਰਟੀ ਦਾ ਦੱਸੋ ਨਾ ਨਵਜੋਤ ਸਿੰਘ ਸਿੱਧੂ ਆਈਪੀਐਲ ਦੀ ਕਮੈਂਟਰੀ 'ਚ ਬਿਜ਼ੀ ਨੇ। ਮੈਂ ਪਾਰਟੀ ਦਾ ਪ੍ਰਧਾਨ ਥੋੜਾ ਹਾਂ ਜਿਹੜਾ ਮੈਂ ਸਾਰਿਆਂ ਦੀ ਜਵਾਬਦੇਹੀ ਦਵਾਹਾ ਮੈਂ। ਮੈਂ ਜਖੜ ਸਾਹਿਬ, ਚੰਨੀ ਸਾਹਿਬ, ਸਿੱਧੂ ਸਾਹਿਬ। ਪਾਈ ਦੀ ਹਾਰ। ਤੁਸੀਂ ਇਹਨਾਂ ਤਿੰਨਾਂ ਤੇ ਕਲੈਕਟਿਵਲੀ ਹੀ ਸੁੱਟਣੀ ਪਊਗੀ ਜੀਤਮਿੰਦਰ ਸਿੱਧੂ ਨੂੰ ਕਹਿੰਦੇ ਬਠਿੰਡੇ ਜਿਹੜੀ ਟਿਕਟ ਦਿੱਤੀ ਹੈ ਕਾਂਗਰਸ ਪਾਰਟੀ ਨੇ ਉਹ ਤਾਂ ਕਹਿੰਦੇ ਅੰਦਰਖਾਤੇ ਪਾਰਟੀ ਆਪ ਕਹਿੰਦੀ ਹੈ ਵੀ ਅਸੀਂ ਕਮਜ਼ੋਰ ਕੈਂਡੀਡੇਟ ਦੇਤਾ ਉੱਥੇ ਦੇਖੋ ਇਹਦੇ ਅੰਦਰ ਕੋਈ ਦੋਹਰਾ ਨਹੀਂ ਉੱਥੇ ਬੈਸਟ ਕੈਂਡੀਡੇਟ ਰਾਜਾ ਵੜੇਗੀ ਰਾਜਾ ਵੜਿੰਗ ਦੀ ਇੱਥੇ ਇੱਕ ਤਾਰੀਫ਼ ਕਰਨੀ ਬੰਦ ਜਿਹੜਾ ਅਮਰਤਾ ਵੜਿੰਗ ਜੀ ਨੂੰ ਟਿਕਟ ਨਹੀਂ ਦਵਾਈ ਦਵਾਈ ਨਹੀਂ ਜਾਂ ਦਿੱਤੀ ਨਹੀਂ ਪਾਰਟੀ ਨੇ ਜਾਂ ਜਿਹੜਾ ਟੌਪ ਤੇ ਸਮਝੌਤਾ ਚੱਲ ਰਿਹਾ ਸੀ ਸੀ ਪ੍ਰਧਾਨ ਇਹ ਲੋਕਾਂ ਸਾਹਮਣੇ ਸ਼ੋਅ ਕਰੋ ਕਿ ਅੱਡ ਲੜ ਰਹੇ ਆ ਅੰਦਰੋਂ ਪਾਲ ਖੈਰਾਂ ਨੂੰ ਸੁਗਰੂਰ ਕਿਉਂ ਦਿੱਤਾ ਇਹ ਵੀ ਕੁਐਸਚਨ ਦੇ ਵਿੱਚ ਫਿਰ ਡਾਕਟਰ ਧਰਮਵੀਰ ਗਾਂਧੀ ਨੂੰ ਪਟਿਆਲਾ ਕਿਉਂ ਦਿੱਤਾ ਸਾਰੇ ਸਵਾਲ ਦੇ ਵਿੱਚ ਫਿਰ ਚਰਨਜੀਤ ਚੰਨੀ ਨੂੰ ਜਲੰਧਰ ਕਿਉਂ ਦਿੱਤਾ ਜਿੰਨਾ ਮਰਜ਼ੀ ਸਵਾਲ ਖੜੇ ਕਰ ਲਓ ਕਹਿੰਦੇ ਜਿੱਥੇ ਕਾਂਗਰਸ ਕਮਜ਼ੋਰ ਆ ਉੱਥੇ ਆਪ ਸਟਰੋਂਗ ਆ ਜਿੱਥੇ ਆਪ ਸਟਰੋਂਗ ਆ ਉੱਥੇ ਕਾਂਗਰਸ ਲੜ ਕੇ ਦੇਤੀਆਂ ਟਿਕਟਾਂ ਇਹ ਤਾਂ अगर राजा वड़ंग अपनी वाइफ ਨੂੰ ਟਿਕਟ ਦਵਾ ਦਿੰਦਾ ਤੇ ਫਿਰ ਸਿਮਰਨ ਜੋਤ ਮੱਕੜ ਜੀ ਨੇ ਕਹਿਣਾ ਸੀ ਰਾਜਾ ਵੜੰਗ ਪਰਿਵਾਰਵਾਦ ਚ ਬਿਲਕੁਲ ਨਹੀਂ ਕਹਿਣਾ ਸੀ ਮੈਂ ਤਾਂ ਇਹ ਸਵਾਲ ਕਰ ਰਿਹਾ ਸੀ ਨਹੀਂ ਨਹੀਂ ਅੱਛਾ ਚਲੋ ਸਿਮਰਨ ਜੋਤ ਮੱਕੜ ਨਾ ਕਹਦਾ ਭਗਵਾਨ ਤਮਾਨ ਹੋਣੀ ਤੇਰਾ ਜ਼ੀਰੋ ਕਹਿ ਦੇ ਨਾ ਜਾਂ ਤਾਂ ਇੰਨਾ ਦਮ ਰੱਖੇ ਹੋਗਾ ਤੇਰਾ ਜ਼ੀਰੋ ਚ ਜੇ 12 1 ਵੀ ਹੋਈ ਤਾਂ ਵੀ ਅਸਤੀਫਾ ਦੇ ਦੂੰ ਇਹਨੂੰ ਕਹੋ 6 6 ਵੀ ਕਹਿ ਦੇ ਦਲ ਬਦਲੀ ਦੇ ਇਸ ਦੌਰ ਚ ਸਭ ਤੋਂ ਵੱਡਾ ਨੁਕਸਾਨ ਕਾਂਗਰਸ ਪਾਰਟੀ ਦਾ ਹੋ ਰਿਹਾ ਹੈ ਦਿਨੋ ਦਿਨ ਕਾਂਗਰਸ ਤੇ ਵੱਡੇ ਆਗੂ ਦੂਜੀਆਂ ਪਾਰਟੀਆਂ ਜਾ ਰਹੇ ਐ ਰਵਨੀਤ ਬੱਟੂ ਚਲੇ ਗਏ ਚੌਧਰੀ ਪਰਿਵਾਰ ਚਲਾ ਗਿਆ ਹੁਣ ਤਾਂ ਅਕਾਲੀ ਦਲ ਨੂੰ ਵੀ ਇੱਕ ਕਾਂਗਰਸੀ ਜਲੰਧਰ ਤੋਂ ਲੱਭ ਗਿਆ ਹਾਲ ਸਵੇਰ ਦੇ ਵਿੱਚ ਕਹਿੰਦੇ ਜੁਆਇਨਿੰਗ ਹੋ ਜਾਣੀ ਐ ਇਹ ਚੱਲ ਕੀ ਰਿਹਾ ਹੈ اخلاق ਦੀ ਸਿਆਸਤ ਕਿੱਥੇ ਐ ਸਟੂਡੈਂਟ ਪੋਲਿਟਿਕਸ ਤੋਂ ਸ਼ੁਰੂ ਹੁੰਦੀ ਹੋਈਆਂ ਵੱਡੀਆਂ ਵੱਡੀਆਂ ਗੱਲਾਂ ਜਦੋਂ ਮੇਨਸਟ੍ਰੀਮ 'ਚ ਆਉਂਦੀਆਂ ਤਾਂ ਫਿਰ ਉਹ ਗਾਇਬ ਕਿੱਥੇ ਹੋ ਜਾਂਦੀਆਂ ਅੱਜ ਸਾਡੇ ਨਾਲ ਬਰਿੰਦਰ ਢਿੱਲੋਂ ਸਾਹਿਬ ਨੇ ਬਤੌਰ ਕਾਂਗਰਸ ਪਾਰਟੀ ਦੇ ਲੀਡਰ ਵੀ ਨੇ ਬਤੌਰ ਇੱਕ ਸਾਬਕਾ ਸਟੂਡੈਂਟ ਲੀਡਰ ਵੀ ਨੇ ਬਤੌਰ ਸਾਡੇ ਮਿੱਤਰ ਵੀ ਨੇ ਇਸ ਪੋਡਕਾਸਟ ਦੇ ਵਿੱਚ ਹਰ ਤਰ੍ਹਾਂ ਦੀਆਂ ਗੱਲਾਂ ਕਰਾਂਗੇ ਬਹੁਤ ਸਵਾਗਤ ਹੈ ਬਾਈ ਜੀ ਤੁਹਾਡਾ ਧੰਨਵਾਦ ਸਿਮਰਨ ਜੀ ਤੁਹਾਡਾ ਬਹੁਤ-ਬਹੁਤ ਪਹਿਲਾਂ ਤਾਂ ਨਿੱਜੀ ਸਵਾਲ ਪੁੱਛਦਾ ਮੇਰੇ ਬੜੇ ਪੁਰਾਣੇ ਦੋਸਤੋਂ ਤੁਸੀਂ ਸਵਾਦ ਆ ਰਿਹਾ ਪੋਲਿਟਿਕਸ ਚ ਸਵਾਦ ਆਉਂਦਾ ਤਾਂ ਹੀ ਬੰਦਾ ਰਹਿੰਦਾ ਜਿਸ ਚੀਜ਼ ਚ ਸਵਾਦ ਨਹੀਂ ਜਿਸ ਚੀਜ਼ ਚ ਮਜ਼ਾ ਆ ਜਾਨੀ ਉਹ ਚੀਜ਼ ਦਾ ਕਰਨ ਦਾ ਕੋਈ ਫਾਇਦਾ ਵੀ ਨਹੀਂ। ਉਹ ਸ਼ਾਇਰ ਪੋਲਟਿਕਸ ਆਈ ਵੀ ਤਾਂ ਹੀ ਸੀ। ਜਿੱਤ ਤਾਂ ਨਸੀਬ ਨਹੀਂ ਹੋਈ ਫਿਰ। ਹਾਰ ਜਿੱਤ ਤੁਸੀਂ ਕਿੰਨੂੰ ਮੰਨਦੇ ਜੇ ਵੋਟਾਂ ਵਾਲੀ ਜਿੱਤ ਜਾਂ ਐਮਐਲਏ ਦੀ ਆ ਕਹੋ ਤੁਸੀਂ ਵੀ ਐਮਐਲਏ ਦੀ ਉਹ ਜਿਹੜਾ ਟਾਈਟਲ ਆ ਉਹ ਨਹੀਂ ਮਿਲਿਆ। ਜਿੱਤਾਂ ਤਾਂ ਬਹੁਤ ਮਿਲ ਗਿਆ। ਜ਼ਿੰਦਗੀ ਦੇ ਵਿੱਚ ਤੁਸੀਂ ਵੋਟਾਂ ਦੀ ਹਾਰ ਜਿੱਤ ਤੋਂ ਇਲਾਵਾ ਵੀ ਬਹੁਤ ਜਿੱਤਾਂ ਵਾਂ। ਆਪਣੇ ਆਪ ਦੇ ਨਾਲ ਜਿੱਤਣਾ, ਆਪਣੇ ਆਪ ਨੂੰ ਪ੍ਰੂਫ ਕਰਨਾ ਕਿੱਥੋਂ ਅਸੀਂ ਚੱਲੇ ਸੀ। ਤੁਸੀਂ ਵੀ ਐਸਡੀ ਕਾਲਜ ਚ ਹੁੰਦੇ ਸੀ। ਤੁਸੀਂ ਵੀ ਇਲੈਕਸ਼ਨਾਂ ਚ ਇਨਵੋਲਡ ਹੁੰਦੇ ਸੀ ਉਦੋਂ ਮੈਨੂੰ ਯਾਦ ਆ ਤੁਹਾਡਾ ਵੀ ਚੰਗਾ ਗਰੁੱਪ ਸੀ ਸੋ ਅਗਰ ਉੱਥੋਂ ਯਾਦ ਰੱਖੋ ਤੇ ਸ਼ਾਇਦ ਜਿਹੜੀ ਪਹਿਲੀ ਯੂਨੀਵਰਸਿਟੀ ਦੀ ਜਿੱਤ ਸੀ ਉਸ ਤੋਂ ਇੰਪੋਰਟੈਂਟ ਕਦੀ ਮੇਰੀ ਜ਼ਿੰਦਗੀ ਚ ਕੋਈ ਜਿੱਤੀ ਨਾ ਰਵੇ ਆ ਸਭ ਜਿਹੜੀਆਂ ਵਾ ਇਹ ਤਾਂ ਕਿਤੇ ਲੱਗਦਾ ਆਰਟੀਫੀਸ਼ੀਅਲ ਸੁਪਰਫਿਸ਼ੀਅਲ ਜੀਆਂ ਚੀਜ਼ਾਂ ਲੱਗਦੀਆਂ ਉਹ ਤਾਂ ਬੜੀਆਂ ਖੂਬਸੂਰਤ ਔਰ ਬੜੀਆਂ ਸੁਪਰਫਿਸ਼ੀਅਲ ਲੱਗਦੀਆਂ ਵਿਧਾਨ ਸਭਾ ਤੁਹਾਡਾ ਜੀ ਵੀ ਕਰਦਾ ਉੱਥੇ ਬਹਿ ਕੇ ਰਾਜੇ ਵੜਿੰਗ ਦੇ ਮਗਰ ਲਈ ਸੀਟ ਮਿਲੇ ਤੇ ਤੁਸੀਂ ਵੀ ਭਗਵੰਤਮਾਨ ਹੋਣਾ ਨੂੰ ਤੂੰ ਤੂੰ ਕਰਕੇ ਬੋਲੋ ਤੇ ਫਿਰ ਉਹ ਕਹਿਣ ਤੁਹਾਡੀਆਂ ਫਾਈਲਾਂ ਤੇਰੀਆਂ ਮੇਰੇ ਕੋਲੇ ਆ ਤੇ ਫਿਰ ਬੈਹਜੋ ਤੁਸੀਂ ਨਹੀਂ ਮਗਰਲੀ ਕਿਉਂ ਮਿਲੇ ਮੂਰਲੀ ਮਿਲੇ ਜਾਂ ਮਿਲੇ ਤੇ ਜੋ ਮੰਗਣੀ ਆ ਤੇ ਫਿਰ ਮੂਰਲੀ ਮੰਗੋ ਤੇ ਜੋ ਮੰਗਣੀ ਆ ਤੇ ਫਿਰ ਕੁਝ ਇਹੋ ਜਿਹੀ ਮੰਗੋ ਸੋ ਪਰ ਇਹ ਗੱਲਾਂ ਸਿਮਰਨ ਜੀ ਮਤਲਬ ਮੈਂ ਇਸ ਕਰਕੇ ਸੁਪਰਫਿਸ਼ੀਅਲ ਵਰਤਿਆ ਵੀ ਤੁਸੀਂ ਵੇਖੋ ਤਾਂ ਸਹੀ ਵੀ ਜੋ ਕੈਮਰਿਆਂ ਤੇ ਚੀਜ਼ਾਂ ਮਾਰ ਜੋ ਕੈਮਰਿਆਂ ਦੇ ਪਿੱਛੇ ਆ ਮੈਂ ਉਹਨਾਂ ਦਾ ਫਰਕ ਵੇਖ ਲਿਆ ਰਾਜਨੀਤੀ ਚ ਜਿਹੜੇ ਵੱਡੇ ਵੱਡੇ ਲੀਡਰ ਲੱਗਦੇ ਸੀ ਯਾਰ ਬੜਾ ਵੱਡਾ ਲੀਡਰ ਆ ਯਾਰ ਐਡਾ ਵੱਡਾ ਨਾਮ ਆ ਔਰਾ ਹੁੰਦੀ ਸੀ ਯਾਰ ਇੱਡੇ ਵੱਡੇ ਨਾਮ ਉਹ ਕਿੰਨੇ ਕੰਦਰੋਂ ਖੋਖਲੇ ਔਰ ਛੋਟੇ ਨਿਕਲੇ ਕਿੰਨੇ ਕੋ ਕੈਮਰੇ ਤੇ ਅੱਗੇ ਕਵੇਂ ਸੀ ਔਰ ਕੈਮਰੇ ਦੇ ਪਿੱਛੇ ਕਵੇਂ ਸੀ ਸੋ ਉਹ ਚੀਜ਼ਾਂ ਦਾ ਜਦੋਂ ਫਰਕ ਵੇਖ ਲਈਦਾ ਤਾਂ ਫਿਰ ਸੁਪਰਫਿਸ਼ੀਅਲ ਜੀਆਂ ਲੱਗਦੀਆਂ ਤੁਹਾਨੂੰ ਕੀ ਲੱਗਦਾ ਵੀ ਐਮਐਲਏ ਪਹਿਲਾਂ ਮੈਨੂੰ ਬਹੁਤ ਲੱਗਦਾ ਸੀ ਯਾਰ ਐਮਐਲਏ ਬਣਾਂਗੇ ਹੁਣ ਕੋਈ ਐਮਐਲਏ ਬਣਨ ਦੀ ਮੰਨੋਗੇ ਜਾਂ ਨਹੀਂ ਮੰਨੋਗੇ ਕੋਈ ਡਰ ਨਹੀਂ ਰਿਹਾ ਵੀ ਇਲੈਕਸ਼ਨਾਂ ਦਾ ਕੋਈ ਡਰ ਨਹੀਂ ਰਿਹਾ ਪਿਛਲੇ ਇਲੈਕਸ਼ਨ ਵੀ ਹਾਰਨੇ ਮੈਨੂੰ ਕਈ ਚੀਜ਼ਾਂ ਸਿਖਾਈਆਂ ਔਰ ਆ ਭਗਵੰਤ ਮਾਨ ਉਹਨਾਂ ਨੂੰ ਵੇਖ ਕੇ ਤਾਂ ਮੈਨੂੰ ਵਾਕੇ ਮਤਲਬ ਇੱਕ ਜਿਹੜਾ ਹੁੰਦਾ ਨਾ ਵੀ ਯਾਰ ਵੀ ਪਤਾ ਨਹੀਂ ਸਰਕਾਰ ਚ ਬਣ ਕੇ ਜਦੋਂ ਇਹੋ ਜਿਹੇ ਲੋਕ ਵੀ ਸਰਕਾਰ ਚ ਆ ਜਾਂਦੇ ਆ ਮਤਲਬ ਜਿਸ ਤਰੀਕੇ ਦੀ ਕਾਰਜਸ਼ਾਲੀ ਆ ਜਿਸ ਤਰੀਕੇ ਦੀ ਭਾਸ਼ਾ ਵਾ ਥੋੜੇ ਦਿਨ ਪਹਿਲਾਂ ਲਾਲਜੀਤ ਭੁੱਲਰ ਇਹਨਾਂ ਦਾ ਮੰਤਰੀ ਕੀ ਕੁਝ ਬੋਲ ਰਿਹਾ ਸੀ ਹੱਥ ਬਾਹ ਕੀ ਕੁਝ ਕਹਿ ਰਿਹਾ ਸੀ ਉਸ ਤੋਂ ਬਾਅਦ ਤੁਸੀਂ ਅਗਰ ਵੇਖੋ ਇਹਨਾਂ ਦੇ ਉਹ ਧਾਲੀਵਾਲ ਸਾਹਿਬ ਕੀ ਕੁਝ ਬੋਲ ਰਹੇ ਸੀ ਮਤਲਬ ਤੁਸੀਂ ਇਹਨਾਂ ਦੇ ਅਗਰ ਬੋਲਣ ਦੇ ਔਰ ਇਹਨਾਂ ਦੇ ਤੌਰ ਤਰੀਕੇ ਔਰ ਇਹਨਾਂ ਦੇ ਐਮਐਲਏ ਦਾ ਵੇਖੋ ਤੇ ਉਹ ਐਮਐਲਏ ਕਿਉਂ ਬਣਨਾ ਚਾਹੁੰਦੇ ਸੀ ਅਸੀਂ ਸਾਰੇ ਤੁਸੀਂ ਵੀ ਜਿਵੇਂ ਕਾਲਜ ਜਾਂ ਯੂਨੀਵਰਸਿਟੀ ਪੋਲਿਟਿਕਸ ਕੀ ਸ਼ੌਕਸ ਹੁੰਦਾ ਸੀ ਅਸੀਂ ਮਤਲਬ ਅਗਰ ਉਸ ਸਮੇਂ ਮੈਂ ਕਹਾਂ ਮੈਂ ਝੂਠ ਬੋਲੂਗਾ ਵੀ ਨਹੀਂ ਨਹੀਂ ਅਸੀਂ ਮੈਂ ਸਟੂਡੈਂਟ ਐਕਟਿਵਿਜ਼ਮ ਨੂੰ ਆਇਆ ਸੀ ਤੁਸੀਂ ਲੀਡਰ ਹੁੰਦੇ ਸੀ ਅਸੀਂ ਤੁਹਾਡੇ ਮਗਰ ਝੰਡਾ ਚੱਕਣ ਵਾਲੇ ਸੀ ਅਸੀਂ ਤਾਂ ਤੁਹਾਨੂੰ ਇਹ ਦੇਖ ਕੇ ਤੁਰੇ ਫਿਰਦੇ ਸੀ ਵੀ ਬਦਲਾਅ ਲੈ ਆਉਣਗੇ ਯਾਰ ਚੇਂਜ ਆ ਜੂਗੀ ਯਾਰ ਇਹ ਮੁੰਡੇ ਜੇ ਮੇਨਸਟ੍ਰੀਮ 'ਚ ਆ ਗਏ ਯਾਰ ਕਰਪਸ਼ਨ ਖਤਮ ਹੋ ਜੂ ਸਾਨੂੰ ਨੌਕਰੀਆਂ ਮਿਲਣਗੀਆਂ ਤੁਹਾਡੇ ਸਟੂਸੀ ਵਾਲੇ ਭਾਸ਼ਣ ਮੈਨੂੰ ਅਜੇ ਤਾਈਂ ਆਦ ਉੱਥੇ ਖੜ ਕੇ ਉੱਚੀ ਉੱਚੀ ਜਦੋਂ ਰੌਲਾ ਪਾਉਂਦੇ ਜਦੋਂ ਮੁੱਖ ਧਾਰਾ 'ਚ ਬੰਦਾ ਆਉਂਦਾ ਫਿਰ ਉਹ ਗੱਲਾਂ ਕਿੱਥੇ ਹੁੰਦੀਆਂ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ ਨਾ ਇਹ ਅ ਬੜੀ ਮੈਂ ਇਹ ਕਹੂੰਗਾ ਡੂੰਗੀ ਵੀ ਗੱਲ ਆ ਔਰ ਸਮਝਣ ਵਾਲੀ ਗੱਲ ਵੀ ਆ ਕਿਉਂਕਿ ਗੱਲ ਕਿਉਂ ਆ ਕਿਉਂਕਿ ਬੰਦਾ ਨਾ ਬੜੀ ਅਸੀਂ ਛੇਤੀ ਕੁਇਕ ਰਿਜ਼ਲਟਸ ਚਾਹੁੰਦੇ ਆ ਇੱਕਦਮ ਸਾਰਾ ਕੁਝ ਬਦਲ ਦਈਏ ਇਹ ਵਿਵਸਥਾ ਔਰ ਇਹ ਜਿਹੜਾ ਸਿਸਟਮ ਸੀਗਾ ਬੜੇ ਲੰਬੇ ਸਮੇਂ ਤੋਂ ਆ ਰਿਹਾ ਸੀ ਇੱਕ ਬਰਿੰਦਰ ਦੋ ਬਰਿੰਦਰ ਤਿੰਨ ਚਾਰ ਪੰਜ ਸੱਤ 10 ਵੀ ਆ ਜਾਣਾ ਇਹ ਤਾਂ ਵੀ ਅਗਰ ਤੁਸੀਂ ਸੋਚੋ ਵੀ ਰਾਤੋ ਰਾਤ ਬਦਲ ਜਾਊਗਾ ਨਹੀਂ ਬਦਲਿਆ ਜਾਊਗਾ ਅਗਰ ਕੋਈ ਜਵੇਂ ਇਹਨਾਂ ਨੇ ਨਾਰਾ ਦਿੱਤਾ ਵੀ ਬਦਲਾਵ ਬਦਲਾਵ ਦੇ ਨਾਲ ਸਰਕਾਰ ਦੇ ਚਿਹਰੇ ਤਾਂ ਬਦਲ ਗਏ ਹੂੰ ਲੇਕਿਨ ਵਿਵਸਥਾ ਅੱਜ ਵੀ ਉਹੀ ਆ ਉਹੀ ਬਿਊਰੋਕਰੇਸੀ ਉਹੀ ਰੈਡ ਟੇਪਰੀਅਸ ਉਹੀ ਮੁਲਾਜ਼ਮ ਔਰ ਵੱਡੀ ਗੱਲ ਉਹੀ ਸਾਰਾ ਤਾਣਾ ਬਾਣਾ ਭਾਵੇਂ ਡੀਪ ਸਟੇਟ ਦਾ ਕਹ ਲਓ ਭਾਵੇਂ ਦੂਜੇ ਸਿਸਟਮ ਦਾ ਕਹ ਲਓ ਭਾਵੇਂ ਉੱਪਰਲਾ ਕਹ ਲਓ ਭਾਵੇਂ ਨੀਚਲਾ ਕਹ ਲਓ ਇਹ ਜਿਹੜਾ ਇੱਕ ਇੱਕ ਮੇਰੇ ਮਨ ਚ ਵੀ ਜਿਹੜੀ ਇੱਕ ਸੋਚ ਸੀ ਨਾ ਯਾਰ ਵੀ ਪਤਾ ਨਹੀਂ ਮੈਂ ਰਾਜਨੀਤੀ ਚ ਆ ਕੇ ਬੜਾ ਕੁਝ ਇੱਕਦਮ ਬਦਲ ਦੂੰਗਾ ਪਹਿਲੇ ਗੱਲ ਤਾਂ ਮੈਂ ਸ਼ਬਦ ਤੋਂ ਕੱਢਣਾ ਪੈਣਾ ਨਹੀਂ ਬਦਲਿਆ ਜਾਂਦਾ ਨਾ ਐਡਮਿਟ ਕਰਦੇ ਹੋ ਮੈਂ ਐ ਓਵਰਨਾਈਟ ਆ ਕੇ ਕੁਝ ਨਹੀਂ ਹੋ ਸਕਦਾ ਇੱਕ ਬੰਦਾ ਕੁਝ ਨਹੀਂ ਕਰ ਸਕਦਾ ਪਾਰਟੀ ਕਰ ਸਕਦੀ ਹੈ ਅਗਰ ਗਰੁੱਪ ਆਫ ਪੀਪਲ ਪਾਰਟੀ ਵੀ ਨਹੀਂ ਹੂੰ ਤੁਹਾਨੂੰ ਕਿਉਂਕਿ ਬੜੇ ਕੰਪੋਨੈਂਟਸ ਸਿਮਰਨ ਇਹਦੇ ਅਗਰ ਤੁਸੀਂ ਵੇਖੋਗੇ ਇੱਕ ਸਰਕਾਰ ਦੇ ਵੀ ਇੱਕ ਸਮਾਜ ਦੇ ਵੀ ਤੁਸੀਂ ਇੱਕ ਕੰਪੋਨੈਂਟ ਬਦਲ ਕੇ ਤੁਸੀਂ ਸਾਰਾ ਢਾਂਚਾ ਨਹੀਂ ਬਦਲ ਸਕਦੇ ਇਹ ਸਾਰੇ ਢਾਂਚੇ ਨੂੰ ਓਵਰਹਾਲ ਦੀ ਲੋੜ ਆ ਅਗਰ ਤੁਸੀਂ ਅਗਰ ਮੈਂ ਮਤਲਬ ਗੁੰਮਰਾਹ ਕਰੂੰਗਾ ਸਾਰਿਆਂ ਨੂੰ ਕਿ ਮੈਂ ਕਹਾਂ ਮੈਨੂੰ ਕਮਾਂਡ ਦੇ ਦਿਓ ਔਰ ਮੈਂ ਸਾਰਾ ਕੁਝ ਬਦਲ ਦੂੰਗਾ ਨਹੀਂ ਹੋ ਸਕਦਾ ਤੁਹਾਡਾ ਤੁਹਾਡਾ ਟੋਟਲ ਸੈਟਅਪ ਤੁਹਾਡੀ ਸੋਚ ਤੁਹਾਡਾ ਨਜ਼ਰੀਆ ਤੁਹਾਡਾ ਕਈ ਚੀਜ਼ਾਂ ਬਦਲਣ ਦੀ ਲੋੜ ਆ ਸਮਾਜ ਦੇ ਵਿੱਚ ਬਦਲਾਵ ਲਿਆਉਣ ਦੀ ਬਹੁਤ ਲੋੜ ਆ ਸੋ ਇਸ ਕਰਕੇ ਜਿਹੜੀ ਤੁਸੀਂ ਗੱਲ ਕਹੀ ਨਾ ਵੀ ਮੇਨਸਟ੍ਰੀਮ 'ਚ ਗੱਲਾਂ ਕਿਤੇ ਨਹੀਂ ਗਵਾਚ ਗਈਆਂ ਗੱਲਾਂ ਅੱਜ ਵੀ ਜ਼ਿੰਦਾ ਆ ਔਰ ਆਪਣੇ ਜਿੰਦਾ ਰਹਿਣ ਦੀ ਵੀ ਲੜਾਈ ਜਾਰੀ ਹੈ ਅਸੀਂ ਨਾ ਜਦੋਂ ਸੋਪੂ ਚੁੰਦੇ ਸੀ ਤੇ ਅਸੀਂ ਪੂਸੂ ਵਾਲਿਆਂ ਨਾਲ ਰੌਲਾ ਰਹਿੰਦਾ ਸੀ ਤੇ ਅਸੀਂ ਸੋਪੂ ਖਾਤਰ ਮਰਨ ਤੱਕ ਗਏ ਗੋਲੀਆਂ ਚੱਲੀਆਂ ਨਾਲ ਮੁੰਡੇ ਰਿੰਪੀ ਹੋਣੇ ਸਾਰੇ ਅਸੀਂ ਇੱਕ ਦੂਜੇ ਤੱਕ ਮਤਲਬ ਇੰਨੀ ਦੁਸ਼ਮਣੀ ਹੋ ਗਈ ਵੀ ਸਾਡੀ ਪਾਰਟੀ ਸਾਡੀ ਹੈ ਵੀ ਆ ਹਰੇ ਸੰਤਰੀ ਬਿੱਲੇ ਵਾਲਿਆਂ ਨਾਲ ਨੀਲੇ ਬਿੱਲੇ ਵਾਲਿਆਂ ਦੀ ਇਸ ਕਦਰ ਲੜਾਈ ਰਹੀ ਆਈਡੀਓਲੋਜੀ ਦਾ ਮਸਲਾ ਹੁੰਦਾ ਸੀ ਆਈਡੀਓਲੋਜੀ ਕੀ ਹੈ ਸਾਡੀ ਇੱਥੇ ਕਿਹੜੀ ਆਈਡੀਓਲੋਜੀ ਹੈ ਰਵਨੀਤ ਬਿੱਟੂ ਨੇ ਮਿੰਟ ਮਾਰਿਆ ਚੌਧਰੀ ਪਰਿਵਾਰ ਕਹਿੰਦੇ ਚੰਨੀ ਸਾਹਿਬ ਨਾਲ ਲੜੇ ਮਿੰਟ ਮਾਰਿਆ ਅੱਜ ਅਜੇ ਖਬਰ ਕਨਫਰਮ ਨਹੀਂ ਹੋਈ ਤਾਂ ਹੁਣ ਸ਼ਾਮ ਤੱਕ ਕਹਿੰਦੇ ਅਕਾਲੀ ਦਲ ਵੀ ਇੱਕ ਲੀਡਰ ਕਾਂਗਰਸ ਚ ਲੈ ਜਾਓ ਇਹ ਚੱਲ ਕੀ ਰਿਹਾ ਹੈ ਦੇਖੋ ਕੱਟੜ ਸੋਪੂ ਵਾਲੀ ਗੱਲ ਕਰਦਾ ਬਈ ਕੱਟੜ ਸੋਪੂ ਦਾ ਸਟicker ਲਾਈਦਾ ਸੀ ਅਸੀਂ ਵੀ ਲਾਉਂਦੇ ਸੀ ਲੇਕਿਨ ਗੱਲ ਪਤਾ ਕੀ ਸੀ ਉਦੋਂ ਵੀ ਉਹ ਵਿਵਸਥਾ ਵੀ ਜਿਹੜੀ ਸੀ ਨਾ ਸੋਪੂ ਪੂਸੂ ਦੀ ਉਹ ਬੜੀ ਬਹੁਤ ਪਿਓਰ ਜੀ ਗੱਲ ਸੀਗੀ ਬੜੀ ਸੱਚੀ ਪੱਕੀ ਜੀ ਲੜਾਈ ਸੀ ਉਹ ਬਾਈ ਤੇਰੇ ਨਾਲ ਆ ਤੇ ਤੇਰੇ ਨਾਲ ਤੇਰੇ ਉਲਟਾਂ ਤੇਰੇ ਉਲਟਾਂ ਬਿਲਕੁਲ ਐ ਆ ਵਿਚ ਵਿਚਕਾਰ ਦੀਆਂ ਜਿਹੜੀਆਂ ਮੈਂ ਸ਼ਬਦ ਵਰਤਣ ਲੱਗਾ ਸ਼ਾਇਦ ਤੁਸੀਂ ਪਤਾ ਨਹੀਂ ਮਿਊਟ ਕਰਨਾ ਪਵੇ ਕਮੀਨਗੀਆਂ ਨਹੀਂ ਸੀਗੀਆਂ ਹੂੰ ਮਤਲਬ ਅੱਜ ਕੱਲ ਨਾ ਮੇਰੇ ਬਿੱਟੂ ਦੀ ਕਮੀਨਗੀ ਹੈ ਕਮੀਨਗੀ ਨਹੀਂ ਆ ਤੁਸੀਂ ਮੈਨੂੰ ਦੱਸੋ ਇਸ ਤੋਂ ਵੱਧ ਕੀ ਬੰਦਾ ਇਸ ਸ਼ਬਦ ਨੂੰ ਮਤਲਬ ਵਰਤੇ ਵੀ ਤੂੰ 10 ਸਾਲ ਰਾਹੁਲ ਗਾਂਧੀ ਦਾ ਗੁਣਗਾਨ ਕਰਦਾ ਰਿਆ ਤੂੰ ਉੱਥੇ ਧਰਨਾ ਲਾਇਆ ਕੀ ਨਾਮਾ ਜੰਤਰ ਮੰਤਰ ਦੇ ਉੱਤੇ ਵੀ ਮੈਂ ਮੋਦੀ ਦੇ ਖਿਲਾਫ ਧਰਨਾ ਲਾਇਆ ਹੋਇਆ ਸਾਲ ਤੋਂ ਕਿਸਾਨਾਂ ਦਾ ਉੱਥੇ ਲੰਦਾ ਰਿਹਾ ਅੱਜ ਇੱਕੋ ਦਮ ਰਾਤੋਂ ਰਾਤ ਜਦੋਂ ਤੂੰ ਉੱਥੇ ਪਾਰਟੀ ਨੂੰ ਤੂੰ 5 ਦਿਨ ਪਹਿਲਾਂ ਆਸ਼ੂ ਨੂੰ ਸੰਜੇ ਤਲਵਾਰ ਨੂੰ ਜੇਲ੍ਹ ਲੈ ਕੇ ਜਾ ਰਿਹਾ ਤੇ ਮਤਲਬ ਤੂੰ ਡੱਬ ਬੇਫਕੂ ਬਣਾ ਰਿਹਾ ਸਾਰਿਆਂ ਦਾ ਤੇਰੇ ਮਨ 'ਚ ਇੱਕ ਦਿਨ ਰਾਤੋਂ ਰਾਤ ਉਹ ਅਮਿਤ ਸ਼ਾਹ ਦਾ ਫੋਨ ਆਇਆ ਔਰ ਬਿਟੂ ਨੂੰ ਕਹਿੰਦਾ ਠੀਕ ਆ ਜੀ ਅੱਜ ਅਸੀਂ ਪੱਟਾ ਪਾ ਲਿਆ ਜਾਂ ਤਾਂ ਡਰਪੋਕ ਆ ਜਾਂ ਕਮੀਨਾ ਵਾ ਦੋ ਹੀ ਚੀਜ਼ਾਂ ਵਾ ਤੀਜਾ ਸ਼ਬਦ ਨਹੀਂ ਆ ਤੇ ਵਾਸਤੇ ਜਾਂ ਤਾਂ ਡਰ ਗਿਆ ਬੀਜੇਪੀ ਤੋਂ ਹੂੰ ਤੇ ਯਾ ਫਿਰ ਆਪਣਾ ਕੀ ਕਹਿੰਦੇ ਤੇ ਮਨ ਚ ਕੁਝ ਹੋਰ ਸੀ ਇਹਦੇ ਮਨ ਚ ਕਈ ਕੁਝ ਚੱਲਦਾ ਪਿਆ ਸੀ ਔਰ ਇੰਨੇ ਆ ਕੇ ਇਹ ਚੀਜ਼ਾਂ ਬਦਲ ਦੀਆਂ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਤੁਹਾਡੀ ਇੰਟਰਨਲ ਇੰਟੈਲੀਜੈਂਸ ਪਾਰਟੀ ਦੀ ਕੀ ਹੁੰਦੀ ਵੀ ਸਾਡੇ ਬੰਦੇ ਕਰੀ ਕੀ ਜਾਂਦੇ ਪਤਾ ਹੀ ਸੀ ਪਤਾ ਹੀ ਸੀ ਸਭ ਨੂੰ ਲੇਕਿਨ ਸਾਡੀ ਪਾਰਟੀ ਦੀ ਨੇਕ ਦਿਲਤਾ ਵੇਖ ਲਓ ਅੱਜ ਵੀ ਤੁਸੀਂ ਵੇਖ ਲਓ ਅੱਜ ਵੀ ਵਿਕਰਮ ਚੌਧਰੀ ਦੀ ਮਦਰ ਉਧਰ ਜੁਆਇਨ ਕਰ ਗਿਆ ਵਿਕਰਮ ਚੌਧਰੀ ਬੋਲ ਰਿਹਾ ਸਾਡੀ ਪਾਰਟੀ ਦੇ ਵਿੱਚ ਆ ਜਿਹੜੀ ਆ ਕਾ ਨਾ ਇਹ ਜਿਹੜੀ ਅਨੁਸ਼ਾਸਨ ਦੇ ਨਾਮ ਦੇ ਉੱਤੇ ਡਿਕਟੇਟਰਸ਼ਿਪ ਆ ਉਹ ਨਹੀਂ ਹੈਗੀ ਸਾਡੀ ਪਾਰਟੀ ਦੇ ਵਿੱਚ ਪਾਰਟੀ ਵੀ ਤਾਂ ਖਿੱਲਰਦੀ ਹੈ ਤੁਸੀਂ ਰਾਣਾ ਗੁਰਜੀਤ ਦਾ ਪੁੱਤਰ ਯਾਦ ਲੜਦਾ ਹੈ ਰਾਣਾ ਗੁਰਜੀਤ ਛਰੇਮ ਕਹਿੰਦੇ ਜਿਤਾਇਆ ਹਿੱਕ ਦੇ ਜੋਰ ਤੇ ਜਿਤਾਇਆ ਤੁਹਾਡੀ ਪਾਰਟੀ ਵਾਲੇ ਬੰਦੇ ਚੀਕਾਂ ਮਾਰਦੇ ਰਹ ਜਾਂਦੇ ਵੀ ਸਾਡੇ ਨਾਲ ਕੀ ਕਰਦੇ ਹੋ ਇਹੋ ਜੀ ਅਨਸ਼ਾਸਨ ਤੋਂ ਕੀ ਲੈਣਾ ਤੁਸੀਂ ਕਿ ਜੇ ਕਿਸੇ ਨੂੰ ਕੁਝ ਕਹਿਣਾ ਹੀ ਨਹੀਂ ਤਾਂ ਉੱਥੇ ਮੈਂ وہی ਕਹਿ ਰਿਹਾ ਨਾ ਵੀ ਗੱਲਾਂ ਕਰਨ ਨੂੰ ਔਰ ਕਹਿਣ ਨੂੰ ਬਹੁਤ ਚੰਗੀਆਂ ਲਾਦੀਆਂ ਪਾਰਟੀ ਦਾ ਇੱਕ ਦੌਰ ਮਾੜਾ ਚੱਲਦਾ ਪਿਆ ਕਮਜ਼ੋਰ ਹੋਈ ਹੋਈ ਆ ਪਾਰਟੀ ਮੰਨਦੇ ਹੋ ਹਾਂ ਹਾਂ ਇਕੱਲੀ ਦਲ ਵਰਗਾ ਹਾਲ ਹੈ ਤੁਹਾਡੀ ਪਾਰਟੀ ਦਾ ਨਹੀਂ 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 ਇਕੱਲੀ ਦਲ ਵਰਗਾ ਹਾਲ ਨਹੀਂ ਆ ਸਾਡਾ ਅਕਾਲੀ ਦਲ ਦੀ ਕੋਈ ਅੱਜ ਅਕਾਲੀ ਦਲ ਦਾ ਜੋ ਹਾਲਾਤ ਬਣਿਆ ਔਰ ਜੋ ਕਾਂਗਰਸ ਦੇ ਹਾਲਾਤ ਆ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਉਹਦਾ ਫਰਕ ਇਸ ਕਰਕੇ ਨਹੀਂ ਆ ਵੀ ਉਹ ਨੰਬਰ ਗੇਮ ਆ ਜਾਂ ਸਰਕਾਰ ਦੀ ਆ ਅਕਾਲੀ ਦਲ ਜਿਸ ਥਾਟ ਦੇ ਉੱਤੇ ਬਣੀ ਸੀ ਅਕਾਲੀ ਦਲ ਉਸ ਤੋਂ ਪਰਾਂ ਜਾ ਰਹੀ ਆ ਅਕਾਲੀ ਦਲ ਜਿਹੜੀ ਥਾਟ ਦੇ ਉੱਤੇ ਰਾਜਨੀਤੀ ਦੇ ਵਿੱਚ ਆਏ ਸੀ ਔਰ ਮੈਂ ਤਾਂ ਕਹੂੰਗਾ ਵੀ ਬਿਕਰਮ ਮਜੀਠੀਆ ਦੇ ਪਰਿਵਾਰ ਦੀ ਖিলাਫਤ ਕਰਦੇ ਕਰਦੇ ਉਦੋਂ ਕਾਲੀ ਦਲ ਬਣੀ ਸੀ ਉਦੋਂ ਜਿਹੜੇ ਇਹਨਾਂ ਦੇ ਪਰਦਾਦਾ ਜੀ ਹੁੰਦੇ ਸੀਗੇ ਉਸ ਸਮੇਂ ਅੰਗਰੇਜ਼ਾਂ ਦੇ ਨਾਲ ਪੂਰਾ ਉਹਨਾਂ ਦਾ ਤਾਲਮਿਲ ਸੀਗਾ 1919 ਦਾ ਝਲੀਆਂ ਵਾਲਾ ਬਾਗ ਦੇ ਵਿੱਚ ਜਦੋਂ ਉਹ ਸਾਰਾ ਮਜੀਠੇ ਪਰਿਵਾਰ ਦੇ ਉੱਤੇ ਹੈ ਇਸ ਕਾਲ ਦਾ ਕੋਈ ਪ੍ਰਮਾਣ ਨਹੀਂ ਹੈ ਵੈਸੇ ਤੁਸੀਂ ਮਾਨ ਵੀ ਬਿਆਨ ਦੇ ਦਿੰਨੇ ਹੋ ਤੁਸੀਂ ਵੀ ਕਹਿ ਮੈਂ ਮੈਂ ਕਹਿੰਦਾ ਮੈਂ ਅਗਲੀ ਗੱਲ ਤੇ ਆ ਕੱਲ ਡਾਕਟਰ ਨਰਾਗ ਸਿੰਘ ਹੋਣਾ ਨੇ ਇੱਕ ਇੰਟਰਵਿਊ 'ਚ ਕਿਹਾ ਕਿ ਕਦੇ ਵੀ ਜਨਰਲ ਡਾਇਰ ਨੇ ਉਹਨਾਂ ਦੇ ਘਰੇ ਜਾ ਕੇ ਮਰ ਨਹੀਂ ਕੀਤਾ ਪ੍ਰਮਾਣ ਹੈ ਨਹੀਂਗਾ ਜਨਰਲ ਡਾਇਰ ਉਹਨਾਂ ਦੇ ਘਰੇ ਗਏ ਨਹੀਂ ਗਏ ਲੇਕਿਨ ਉਦੋਂ ਇਸ ਗੱਲ ਦੀ ਕੋਈ ਪ੍ਰਮਾਣਤਾ ਹੈ ਨਾ ਵੀ ਜਿਹੜੇ ਇਹਨਾਂ ਦੇ ਮਜੀਠੀਆ ਪਰਿਵਾਰ ਦੇ ਸਭ ਤੋਂ ਸਰਪ੍ਰਸਤ ਸੀਗੇ ਅੱਜ ਤੱਕ ਉਹਨਾਂ ਦੀ ਅੰਗਰੇਜ਼ਾਂ ਦੇ ਨਾਲ ਇੱਕ ਗੱਲ ਸੀ ਇਸ ਗੱਲ ਦੇ ਪ੍ਰਮਾਣਾਂ ਤੋਂ ਤਾਂ ਨਹੀਂ ਜਾ ਸਕਦੇ ਜੋਸ਼ ਸਾਹਿਬ ਦੀ ਕਿਤਾਬ ਆ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੀ ਵੀ ਸੀ ਮੇਰੀ ਮੈਂ ਹੋਊਗੀ ਮੈਂ ਆਪਾ ਤੁਸੀਂ ਗੱਲ ਆਪਾ ਮਜੀਠੀਆ ਸਾਹਿਬ ਦੀ ਗੱਲ ਕਰ ਰਹੇ ਸੀ ਉਹਨਾਂ ਦੇ ਪਰਿਵਾਰ 1920 ਦੇ ਵਿੱਚ ਜਦੋਂ ਜਲੀਆਂ ਵਾਲਾ ਬਾਗ ਤੋਂ ਬਾਅਦ ਉਹਨਾਂ ਨੂੰ ਮਾਨਤਾ ਦਿੱਤੀ ਗਈ ਔਰ ਉਹਨਾਂ ਨੂੰ ਐਸਜੀਪੀਸੀ ਦਾ ਆਪਣਾ ਕੀ ਕਹਿੰਦੇ ਉੱਚ ਅਹੁਦਿਆਂ ਨਾਲ ਨਿਵਾਜਿਆ ਗਿਆ ਕਿੰਨਾ ਨੇ ਨਿਵਾਜਿਆ ਉਦੋਂ ਅੰਗਰੇਜ਼ਾਂ ਨੇ ਨਿਵਾਜਿਆ ਕਈ ਉਥੋਂ ਦੇ ਅੰਦਰ ਦੇ ਜਿਹੜੇ ਉਹਨਾਂ ਦੇ ਮਤਲਬ ਮੈਂ ਇਹ ਕਹੂੰਗਾ ਵੀ ਉਹ ਜਿਹੜੇ ਹੁੰਦੇ ਆ ਆਪਸ ਨੋਟਸ ਐਕਸਚੇਂਜ ਕਰਦੇ ਆ ਬ੍ਰਿਟਿਸ਼ ਗਵਰਨਮੈਂਟ ਜਿਹੜੇ ਡੀਕਲਾਸੀਫਾਈ ਹੋਏ ਆ ਉਹਦੇ ਵਿੱਚ ਇਹਨਾਂ ਦੇ ਦਾਦਾ ਜੀ ਪਰਦਾਦਾ ਜੀ ਪ੍ਰਤੀ ਕਈ ਕੁਝ ਲਿਖਿਆ ਗਿਆ ਵੀ ਅੱਜ ਉਹਨਾਂ ਨਾਲ ਗੱਲ ਕਰ ਲੋ ਅਜ ਮਤਲਬ ਬੇਸ ਹੈ ਮੇਰਾ ਕਹਿਣ ਦਾ ਮਤਲਬ ਉਦੋਂ ਅੰਗਰੇਜ਼ਾਂ ਦੇ ਨਾਲ ਬਿਲਕੁਲ ਤਾਲਮਿਲ ਸੀ ਆਪਾਂ ਗੱਲ ਕਰ ਰਹੇ ਸੀ ਅਕਾਲੀ ਦਲ ਦੀ ਇਹਨਾਂ ਸਾਰ ਉਦੋਂ ਅਕਾਲੀ ਦਲ 1920 ਚ ਬਣਿਆ ਸੀ ਕਿਸ ਕਿਸ ਮੁੱਦੇ ਦੇ ਉੱਤੇ ਬਣਿਆ ਸੀ ਆਪਾਂ ਸਾਰਿਆਂ ਨੂੰ ਪਤਾ ਮੋਗਾ ਡੈਕਲਰੇਸ਼ਨ ਤੋਂ ਬਾਅਦ 1996 ਤੋਂ ਬਾਅਦ ਜਦੋਂ ਇਹਨਾਂ ਨੇ ਪੰਜਾਬੀਅਤ ਦਾ ਨਾਅਰਾ ਦਿੱਤਾ ਔਰ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਆਪਣੇ ਪੁੱਤਰ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਬਣਾਤਾ ਔਰ ਪਰਿਵਾਰਵਾਦ ਦੀ ਨੀਤੀ ਜਿਹੜੀ ਸ਼ੁਰੂ ਹੋ ਗਈ ਉਸ ਤੋਂ ਬਾਅਦ ਅਕਾਲੀ ਦਲ ਉਹ ਸਿਧਾਂਤਾਂ ਤੋਂ ਜੋ ਕਿ ਮੈਂ ਕੀ ਸਰ ਜਿੰਨੇ ਪੁਰਾਣੇ ਅਕਾਲੀ ਸਟੋਰ ਲੋਟਸ ਆ ਜਿੰਨੇ ਲੋਕ ਆ ਭਾਵੇਂ ਜਿਹੜੇ ਛੱਡ ਕੇ ਗਏ ਬਾਹਰ ਕੇ ਗਏ ਉਹ ਇਹੀ ਇਲਜ਼ਾਮ ਲਾਂਦੇ ਆ ਵੀ ਆਪਣੇ ਸਿਧਾਂਤਾਂ ਤੋਂ ਹਟ ਗਏ ਹੁਣ ਆਜੋ ਕਾਂਗਰਸ ਦੀ ਗੱਲ ਤੇ ਉੱਤੇ ਕਾਂਗਰਸ ਪਹਿਲਾਂ ਆਪਣੇ ਸਿਧਾਂਤਾਂ ਤੋਂ ਹਟੀ ਕਾਂਗਰਸ ਦੀ ਜੋ ਸੋਚ ਸੀ ਅਲਟੀਮੇਟਲੀ ਲੇਕਿਨ ਉਹਦੇ ਨਾਲ ਕਾਂਗਰਸ ਪਾਵਰ ਤੋਂ ਬਾਹਰ ਨਹੀਂ ਗਈ ਜਦੋਂ ਕਾਂਗਰਸ ਵਾਪਸ ਉਹ ਸਿਧਾਂਤਾਂ ਤੇ ਆਣਾ ਸ਼ੁਰੂ ਕੀਤਾ ਉਦੋਂ ਜਦੋਂ ਆ ਹਿੰਦੂਤਵਾਦੀ ਵੇਵ ਆ ਗਈ ਜਦੋਂ ਇਹ ਸਾਰਾ ਕੁਝ ਆ ਗਿਆ ਅੱਜ ਕਾਂਗਰਸ ਜਦੋਂ ਸੈਕੂਲਰਿਜ਼ਮ ਦੀ ਗੱਲ ਕਰ ਰਹੀ ਆ ਹਾਲੇ ਕਿ ਕਾਂਗਰਸ ਨੇ ਸੌਫਟ ਹਿੰਦੂਤਵਾ ਕੀਤੀ ਇਹ 'ਚ ਕੋਈ ਦੋ ਰਾਏ ਨਹੀਂ ਆ ਲੇਕਿਨ ਅੱਜ ਜਦੋਂ ਆਵੇਂ ਸੈਕੂਲਰਿਜ਼ਮ ਦੀ ਗੱਲ ਹੋਵੇ ਭਾਵੇਂ ਨਿਆਂ ਦੀ ਗੱਲ ਹੋਵੇ ਭਾਵੇਂ ਗਰੀਬਾਂ ਨਾਲ ਖੜਨ ਦੀ ਗੱਲ ਹੋਵੇ ਕਾਂਗਰਸ ਨੇ ਵੀ ਕਾਰਪੋਰਟਾਈਜੇਸ਼ਨ ਕੀਤੀ ਕਾਂਗਰਸ ਨੇ ਵੀ ਕੋਸ਼ ਚੰਦ ਘਰਾਣਾ ਨੂੰ ਵਧਾਏ ਮਤਲਬ ਦਿੱਤਾ ਲੇਕਿਨ ਅੱਜ ਰਾਹੁਲ ਗਾਂਧੀ ਜਿਹੜੀ ਨੀਤੀ ਦੇ ਉੱਤੇ ਲਿਆ ਰਿਹਾ ਔਰ ਕਾਂਗਰਸ ਨੂੰ ਦੁਬਾਰਾ ਲਿਆ ਕੇ ਖੜਾ ਕਰਨਾ ਮੈਂ ਕੀ ਗਾਇ ਬਰਿੰਦਰ ਢਿੱਲੋਂ ਸਾਰਾ ਕੁਝ ਤਾਂ ਜਿਹੜਾ ਭਾਜਪੀ ਤੇ ਦੋਸ਼ ਲੱਗਦੇ ਤੁਸੀਂ ਕਹਿੰਦੇ ਸਾਡੀ ਪਾਰਟੀ ਨੇ ਵੀ ਕੀਤਾ ਕੀਤਾ ਹੀ ਆ ਮੈਂ ਇਸ ਚੀਜ਼ ਮੈਂ ਇਸ ਚੀਜ਼ ਨੂੰ ਮੈਂ ਇਸ ਚੀਜ਼ ਨੂੰ ਡਿਨਾਈ ਕਰਕੇ ਮੈਂ ਆਪਣੇ ਆਪ ਨੂੰ ਝੂਠ ਤਾਂ ਨਾ ਬੋਲਾਂ ਨਾ ਮੈਂ ਆਪਣੇ ਤੁਹਾਡੇ ਦਰਸ਼ਕਾਂ ਨਾਲ ਜਿਹਾ ਜਿਹੜੇ ਲੋਕ ਨਹੀਂ 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 ਜਿੰਦਗੀ ਲੱਗੇ ਬਰਿੰਦਰ ਢਿੱਲੋਂ ਮੈਂ ਸ਼ਾਹ ਦੇ ਨਾਲ ਉਹ ਦੂਜਾ ਜਿਹੜਾ ਹੁੰਦਾ ਉਹ ਨਹੀਂ 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 ਮੈਂ ਆਪਣੀ ਫਿਦਰਤ ਚ ਮਤਲਬ ਇਸ ਤਰੀਕੇ ਦੇ ਨਾਲ ਜੋ ਵੀ ਕਰਾਂਗੇ ਇਹ ਤਾਂ ਰਵਨੀਤ ਬਿੱਟੂ ਦਾ ਕੋਣ ਸੋਚ ਸਕਦਾ ਸੀ ਨਹੀਂ ਨਹੀਂ ਮੈਂ ਤੁਹਾਡੇ ਨਾਲ ਸਹਿਮਤ ਗਰਾਂ ਸਿੰਘ ਦਾ ਪਰਿਵਾਰ ਹੋਵੇ ਉਹ ਸ਼ੀਸ਼ ਕਹਿ ਕੇ ਹੁਣ ਤਾਂ ਹੀ ਵੋਟਾਂ ਲੈਂਦੇ ਰਹੇ ਐ ਦੇਖੋ ਮੈਂ ਕਹਿੰਦਾ ਵੀ ਕਿਸੇ ਦਾ ਮਨ ਦੇ ਵਿੱਚ ਕੋਈ ਬਦਲਾਅ ਆ ਸਕਦਾ ਮੇਰੇ ਮਨ ਚ ਕੋਈ ਬਦਲਾਅ ਨਹੀਂ ਆ ਕੋਈ ਗੱਲ ਨਹੀਂ ਪਾਰਟੀ ਦਾ ਦੱਸੋ ਨਾ ਨਵਜੋਤ ਸਿੰਘ ਸਿੱਧੂ ਆਈਪੀਐਲ ਦੀ ਕਮੈਂਟਰੀ ਚ ਬਿਜ਼ੀ ਨੇ ਮੈਂ ਪਾਰਟੀ ਦਾ ਪ੍ਰਧਾਨ ਥੋੜਾ ਵਾਂ ਜਿਹੜਾ ਮੈਂ ਸਾਰਿਆਂ ਦੀ ਜਵਾਬਦੇਹੀ ਦਵਾ ਹਾਂ ਮੈਂ ਮੈਂ ਤਾਂ ਇੰਨਾ ਮੈਂ ਤਾਂ ਮੈਂ ਤਾਂ ਸਿਮਰਨ ਜੀ ਇੰਨਾ ਕਹਿ ਸਕਦਾ ਵੀ ਗਲਤ ਕੀ ਹੋ ਰਿਹਾ ਸਹੀ ਕੀ ਹੋ ਰਿਹਾ ਗਲਤ ਸਹੀ ਕਰਨ ਵਾਲੀ ਗੱਲ ਜਿਹੜੀ ਆ ਉਹ ਜਿੰਨਾਂ ਦੇ ਹੱਥ ਵਿੱਚ ਆ ਮੈਂ ਅੱਜ ਉਸ ਪੋਜੀਸ਼ਨ ਤੇ ਨਹੀਂ ਹਾਂ ਜਦੋਂ ਪ੍ਰਧਾਨ ਬਣੇ ਸੀ ਇੱਥੇ ਤੁਹਾਡੇ ਘਰੇ ਗੱਡੀਆਂ ਟੂੰ ਟੂੰ ਕਰਦੀਆਂ ਆਈਆਂ ਸੀਗੀਆਂ ਮੇਰੇ ਯਾਦ ਆ ਸਾਰਿਆਂ ਦੇ ਗਈਆਂ ਸੀ ਜਿੰਨਾਂ ਦੇ ਸਾਰਿਆਂ ਦੇ ਨਹੀਂ ਗਈਆਂ ਕਿਉਂ ਚਾਰ ਪੰਜ ਲੀਡਰਾਂ ਦੇ ਹੀ ਗਈਆਂ ਉਹਨਾਂ ਚੋਂ ਇੱਕ ਤੁਸੀਂ ਸੀਗੇ ਸਾਰਿਆਂ ਦੇ ਕਿੱਥੇ ਗਈਆਂ ਮੈਂ ਉਦੋਂ ਉਦੋਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਦੇ ਘਰੇ ਆਈ ਸੀ ਹੂੰ ਕਿਉਂਕਿ ਇੱਕ ਪਾਰਟੀ ਦਾ ਅਹੁਦਾ ਸੀ ਪੰਜਾਬ ਦਾ ਪ੍ਰਧਾਨ ਬਣੇ ਸੀ ਉਹ ਤੇ ਪੰਜਾਬ ਯੂਥ ਕਾਂਗਰਸ ਦਾ ਮੈਂ ਪ੍ਰਧਾਨ ਸੀਗਾ ਉਦੋਂ ਉਦੋਂ ਮਤਲਬ ਆਰਗੇਨਾਈਜੇਸ਼ਨ ਦੇ ਤੌਰ ਦੇ ਉੱਤੇ ਉਹ ਘਰੇ ਆਏ ਸੀਗੇ ਮੈਂ ਤੁਹਾਨੂੰ ਫਿਰ ਉਹੀ ਗੱਲ ਕਹਿੰਦਾ ਵੀ ਗੱਡੀਆਂ ਘਰੇ ਜਾਣਾ ਕਿਸੇ ਨਾਲ ਬੰਨ ਜਾਣੀ ਕਿਸੇ ਨਾਲ ਵਿਗੜ ਜਾਣੀ ਰਾਜਨੀਤੀ ਦੇ ਵਿੱਚ ਇਹ ਚੱਲਦਾ ਰਹਿੰਦਾ ਜਿਹੜੀ ਤੁਸੀਂ ਐਡਾਲੋਜੀਕਲ ਸ਼ਿਫਟ ਦੀ ਗੱਲ ਕਰ ਰਹੇ ਹੋ ਜਿਹੜੀ ਕੰਟਰਾਸਟ ਕਾਂਗਰਸ ਔਰ ਬੀਜੇਪੀ ਬਿਲਕੁਲ ਐਡਾਲੋਜੀਕਲ ਸ਼ਿਫਟ ਆ ਹੂੰ ਮਤਲਬ ਇੱਕ ਸੋਚ ਦੇ ਪ੍ਰਤੀ ਮੈਂ ਆਪਾਂ ਗੱਲ ਕਰ ਰਿਹਾ ਵੀ ਇੱਕ ਬੰਦਾ ਕਹਿ ਰਿਹਾ ਯਾਰ ਵੀ ਮੈਂ ਸੈਕੂਲਰਿਜ਼ਮ ਦੀਆਂ ਉਹ ਸ਼ਰੇਆਮ ਕ ਉਹ ਗੱਲ ਕਰਦੇ ਆ ਸ਼ਰਿਆਮ ਵੀ ਉਹ ਐਂਟੀ ਮਿਨੋਰਟੀਜ਼ ਆ ਅਸੀਂ ਕਹਿੰਦਾ ਯਾਰ ਅਸੀਂ ਮਿਨੋਰਟੀਜ਼ ਦੇ ਪ੍ਰੋਟੈਕਟਰ ਆ ਉਹ ਕਹਿੰਦਾ ਵੀ ਪ੍ਰਾਣ ਪ੍ਰਤਿਸ਼ਠਾ ਤੇ ਜਾਣਾ ਚਾਹੀਦਾ ਸੀ ਸਾਡੀ ਪਾਰਟੀ ਕਹਿੰਦੀ ਬਿਲਕੁਲ ਜਾਣਾ ਨਹੀਂ ਚਾਹੀਦਾ ਸੀ ਮਤਲਬ ਇਹ ਆਪੋਜ਼ਿਟ ਪੋਲਸ ਆ ਇਨ੍ਹਾਂ ਦੇ ਵਿਚਕਾਰ ਕਈ ਪਾਰਟੀਆਂ ਆ ਭਾਵੇਂ ਆਮ ਆਦਮੀ ਆ ਭਾਵੇਂ ਆਪਣਾ ਕਹਿੰਦੇ ਜਗਨ ਰੈਡੀ ਆ ਭਾਵੇਂ ਕੋਈ ਹੋਰ ਪਾਰਟੀਆਂ ਆ ਭਾਵੇਂ Shiv Sena ਆ ਮਤਲਬ ਇੱਕ ਐਕਸਟ੍ਰੀਮੈਂਟ ਤੇ ਇਹਦੇ ਵਿੱਚ ਕਈ ਪਾਰਟੀਆਂ ਆ ਜਿਹੜੀਆਂ ਉੱਪਰ-ਨੀਚੇ ਘੁੰਮਦੀਆਂ ਰਹਿੰਦੀਆਂ ਲੇਕਿਨ ਰਾਹੁਲ ਗਾਂਧੀ ਔਰ RSS ਔਰ ਰਾਹੁਲ ਗਾਂਧੀ ਔਰ ਮੋਦੀ ਕਦੀ ਇਕੱਠੇ ਨਹੀਂ ਹੋ ਸਕਦੇ ਤੁਹਾਨੂੰ ਰਾਮ ਨੇ ਮੈਨੂੰ ਸਮੱਸਿਆ ਨਹੀਂ ਹੋਈ ਪਾਰਟੀ ਨੂੰ ਪਾਰਟੀ ਨੂੰ ਵੀ ਸਮੱਸਿਆ ਨੂੰ ਤੁਸੀਂ ਇਹ ਕੋ ਰਾਮ ਮੰਦਰ ਬਹੁਤ ਸਤਿਕਾਰਯੋਗ ਆ ਸਭ ਨੂੰ ਜਾਣਾ ਚਾਹੀਦਾ ਲੇਕਿਨ ਉਹਦੀ ਪੋਲੀਟਿਸੀਜੇਸ਼ਨ ਕਰਨੀ ਔਰ ਉਹਦੇ ਨਾਂ ਤੇ ਵੋਟਾਂ ਲੈਣੀਆਂ ਇਸ ਚੀਜ਼ ਦੀ ਸਮੱਸਿਆ ਵਾ ਜਿਵੇਂ ਕਿ ਅਕਾਲੀ ਦਲ 1984 ਦਾ ਇਨਸਾਫ ਤਾਂ ਨਹੀਂ ਦਿਵਾ ਸਕੀ ਲੇਕਿਨ ਵੋਟਾਂ ਲੈਣ ਦੇ ਵਿੱਚ ਸਮਕਸ਼ਾ ਕਾਂਗਰਸ ਨੂੰ ਤੁਸੀਂ ਅੱਜ ਇੰਨੀ ਓਨੈਸਟਲੀ ਗੱਲ ਕਰ ਰਹੇ ਹੋ ਤਾਂ ਤੁਸੀਂ ਇਹ ਮੰਨਦੇ ਹੋ ਕਿ ਇਨਾਂ ਸਾਰੇ ਲੀਡਰਾਂ ਨੇ ਨੁਕਸਾਨ ਕੀਤਾ ਪਾਰਟੀ ਦਾ ਨਵਜੋਤ ਸਿੰਘ ਸਿੱਧੂ ਨੁਕਸਾਨ ਕਰ ਰਹੇ ਆ ਮੌਜੂਦਾ ਤੌਰ ਤੇ ਦੇਖੋ ਕਲੈਕਟਿਵ ਰਿਸਪਾਂਸਿਬਿਲਟੀ ਬਣਦੀ ਆ ਜਿਹੜੇ ਬੰਦੇ ਉਸ ਸਮੇਂ ਆਉਧਿਆਂ ਤੇ ਸੀਗੇ ਜਾਖੜ ਸਾਹਿਬ ਚੰਨੀ ਸਾਹਿਬ ਸਿੱਧੂ ਸਾਹਿਬ ਬਾਈ ਦੀ ਹਾਰ ਤੁਸੀਂ ਇਹਨਾਂ ਤਿੰਨਾਂ ਤੇ ਕਲੈਕਟਿਵਲੀ ਹੀ ਸੁੱਟਣੀ ਪਊਗੀ ਅਗਰ ਮੈਂ ਇੱਕ ਬੰਦੇ ਨੂੰ ਸਿੰਗਲ ਆਊਟ ਕਹਾਂ ਵੀ ਇਹਨੇ ਹਰਾਤਾ ਇਹਨੇ ਹਰਾਤਾ ਉਹਦੇ ਵਿੱਚ ਮੈਂ ਵੀ ਇਨਵੋਲਡ ਸੀ ਕਿਰੇ ਹਾਰਦਰ ਹਾਰ ਹੁੰਦੀ ਰਹੂਗੀ ਅਗਰ ਕਲੈਕਟਿਵ ਅਗਰ ਅਸੀਂ ਨਹੀਂ ਹੁਣ ਜੇ ਜਿੱਤਣਾ ਹੈ ਹੁਣ ਤੁਸੀਂ ਉਹ ਸੀਐਮ ਸਾਹਿਬ ਕਹਿੰਦੇ ਆ ਕਿ 13 0 ਹੈ ਸਾਡੀ ਤਾਇਤ ਕੀ ਹੂੰ ਉਦੇ ਚ ਕੋਈ ਤਬਦੀਲੀ ਲਿਆਉਣੀ ਹੈ ਤੁਸੀਂ ਦੇਖੋ ਭਗਵੰਤ ਮਾਨ ਹੋਣੀ ਤੇਰਾ 0 ਕਹਿ ਦੇ ਨਾ ਜਾਂ ਤਾਂ ਇੰਨਾ ਦਮ ਰੱਖੇ ਹੋਗਾ 13 0 ਚ ਜੇ 12 1 ਵੀ ਹੋਈ ਤਾਂ ਵੀ ਇਸਤੀਫਾ ਦੇ ਦੂੰ ਇਹਨੂੰ ਕਹੋ 6 6 ਵੀ ਕਹਿ ਦੇ ਇਹ ਤਾਂ ਇਹ ਤਾਂ ਟੇਟਾ ਟੋਨੇਟਾ ਇਹ ਤਾਂ ਇਹ ਤਾਂ ਅੰਦਰ ਖਾਤੇ ਇਹਨਾਂ ਦਾ ਸਮਝੌਤਾ ਕਰਨਾ ਪਊਗਾ ਮੇਰੀ ਸੁਣ ਲਓ ਗੱਲ ਇਹ ਤਾਂ 400 ਪਰ ਮੋਦੀ ਕਹਿ ਰਿਹਾ ਵੀ 400 ਪਰ 400 ਪਰ ਲੋਕ ਕਹਿੰਦੇ ਅੰਦਰ ਖਾਤੇ ਪੂਰਾ ਸਮਝੌਤਾ ਹੈ ਉਤੋਂ ਉਤੋਂ ਰੌਲਾ ਪਾਇਆ ਵੀ ਅਸੀਂ ਪੰਜਾਬ ਚ ਜਿਹੜਾ ਸਮਝੌਤਾ ਨਹੀਂ ਕਰਨਾ ਜਿਵੇਂ ਟਿਕਟਾਂ ਦੀ ਵੰਡ ਹੋਈ ਹੈ ਜੀਤਮੇਂਦਰ ਸਿੱਧੂ ਨੂੰ ਕਹਿੰਦੇ ਬਠਿੰਡੇ ਜਿਹੜੀ ਟਿਕਟ ਦਿੱਤੀ ਹੈ ਕਾਂਗਰਸ ਪਾਰਟੀ ਨੇ ਉਹ ਤਾਂ ਕਹਿੰਦੇ ਅੰਦਰਖਾਤੇ ਪਾਰਟੀ ਆਪ ਕਹਿੰਦੀ ਹੈ ਵੀ ਅਸੀਂ ਕਮਜ਼ੋਰ ਕੈਂਡੀਡੇਟ ਦੇਤਾ ਉੱਥੇ ਦੇਖੋ ਇਹਦੇ ਅੰਦਰ ਕੋਈ ਦੋਹਰਾ ਨਹੀਂ ਉੱਥੇ ਬੈਸਟ ਕੈਂਡੀਡੇਟ ਰਾਜਾ ਵੜਿੰਗ ਸੀ ਇਹਦੇ ਅੰਦਰ ਕੋਈ ਦੋਹਰਾ ਨਹੀਂ ਤੁਸੀਂ ਸ਼ਰਿਆਮ ਕਹਿ ਰਹੇ ਹੋ ਇਹ ਗੱਲ ਮੈਂ ਕਹਿ ਰਿਹਾ ਵੀ ਬੈਸਟ ਅੱਜ ਦੇ ਸਮੇਂ 'ਚ ਨੈਰੇਟਿਵ ਦੇ ਵਿੱਚ ਰਾਜਾ ਵੜਿੰਗ ਜੀ ਆਜ ਦੇ ਕੈਂਡੀਡੇਟ ਨੂੰ ਅੰਡਰਮਾਈਨ ਕਰ ਰਹੇ ਹੋ ਮੈਂ ਅੰਡਰਮਾਈਨ ਕਰਨ ਦੀ ਗੱਲ ਦੀ ਬਜਾਏ ਮੈਂ ਤੁਹਾਨੂੰ ਜਿਹੜੀ ਸੱਚੀ ਗੱਲ ਉਹ ਕਹਿ ਰਿਹਾ ਉਹਦੇ ਨਾਲ ਅੰਡਰਮਾਈਨ ਹੋ ਰਿਹਾ ਤੇ ਵੱਖਰੀ ਗੱਲ ਆ ਮੈਂ ਕਹਿੰਦਾ ਲੇਕਿਨ ਰਾਜਾ ਵੜਿੰਗ ਦੀ ਇੱਥੇ ਇੱਕ ਤ ਰਾਜਾ ਵੜਿੰਗ ਜੀ ਨੇ ਜਿਹੜਾ ਅਮਰਤਾ ਵੜਿੰਗ ਜੀ ਨੂੰ ਟਿਕਟ ਨਹੀਂ ਦਵਾਈ ਹੂੰ ਦਵਾਈ ਨਹੀਂ ਜਾਂ ਦਿੱਤੀ ਨਹੀਂ ਪਾਰਟੀ ਨੇ ਜਾਂ ਜਿਹੜਾ ਟੌਪ ਤੇ ਸਮਝੌਤਾ ਚੱਲ ਰਿਹਾ ਸੀ ਸੀਸੀ ਪ੍ਰਧਾਨ ਇਹ ਲੋਕਾਂ ਸਾਹਮਣੇ ਸ਼ੋਅ ਕਰੋ ਕਿ ਅੱਡ ਲੜ ਰਹੇ ਆ ਅੰਦਰੋਂ ਕਾਲ ਖੈਰਾ ਨੂੰ ਸੰਗਰੂਰ ਕਿਉਂ ਦਿੱਤਾ ਇਹ ਵੀ ਕੁਐਸਚਨ ਦੇ ਵਿੱਚ ਫਿਰ ਡਾਕਟਰ ਧਰਮਵੀਰ ਗਾਂਧੀ ਨੂੰ ਪਟਿਆਲਾ ਕਿਉਂ ਦਿੱਤਾ ਸਾਰੇ ਸਵਾਲ ਦੇ ਵਿੱਚ ਫਿਰ ਚਰਨਜੀਤ ਚੰਨੀ ਨੂੰ ਜਲੰਧਰ ਕਿਉਂ ਦਿੱਤਾ ਜਿੰਨੇ ਮਰਜ਼ੀ ਸਵਾਲ ਖੜੇ ਕਰ ਲਓ ਗੱਲ ਆ ਅਗਰ ਰਾਜਾ ਵੜਿੰਗ ਅਗਰ ਰਾਜਾ ਵੜਿੰਗ ਅਮਰਵੀਰ ਗਾਂਧੀ ਨੂੰ ਦਿੱਤੀ ਤਾਂ ਸਾਹਮਣੇ ਬਲਬੀਰ ਸਿੰਘ ਨੂੰ ਦਿੱਤੀ ਨਾ ਮੇਰੀ ਗੱਲ ਸੁਣੋ ਨਾ ਮੇਰੀ ਗੱਲ ਸੁ ਅਗਰ ਰਾਜਾ ਬਣੇਗੇ ਕਹਿੰਦੇ ਜਿੱਥੇ ਕਾਂਗਰਸ ਕਮਜ਼ੋਰ ਹੈ ਉੱਥੇ ਆਪ ਸਟਰੋਂਗ ਹੈ ਜਿੱਥੇ ਆਪ ਸਟਰੋਂਗ ਹੈ ਉੱਥੇ ਕਾਂਗਰਸ ਰਲ ਕੇ ਦਿੱਤੀਆਂ ਟਿਕਟਾਂ ਇਹ ਤਾਂ ਇਹ ਤਾਂ 9 ਜੂਨ ਨੂੰ ਜਾਂ 4 ਜੂਨ ਨੂੰ ਰਿਜ਼ਲਟ ਆਣਗੇ ਉਦੋਂ ਪਤਾ ਚੱਲ ਜੂ ਕਾਂਗਰਸ ਕਮਜ਼ੋਰ ਆ ਕਿ ਤਕੜੀ ਆ ਅੱਜ ਹੀ ਇਹਦੇ ਤੇ ਅਗਰ ਰਾਜਾ ਬਣੇਗਾ ਆਪਣੀ ਵਾਈਫ ਨੂੰ ਟਿਕਟ ਦਵਾ ਦਿੰਦਾ ਤੇ ਫਿਰ ਸਿਮਰਨਜੋਤ ਮੱਕੜ ਜੀ ਨੇ ਕਹਿਣਾ ਸੀ ਰਾਜਾ ਵੜਿੰਗ ਪਰਿਵਾਰਵਾਦ ਚੋਂ ਉੱਠ ਬਿਲਕੁਲ ਨਹੀਂ ਕਹਿਣਾ ਸੀ ਮੈਂ ਤਾਂ ਇਹ ਸਵਾਲ ਕਰ ਰਿਹਾ ਸੀ ਨਹੀਂ ਨਹੀਂ ਮੈਂ ਅੱਛਾ ਚਲੋ ਸਿਮਰਨਜੋਤ ਮੱਕੜ ਨਾ ਕਹਿੰਦਾ ਤਾਂ ਪ੍ਰੀ ਪੋਲ ਅਨਾਲਿਸਿਸ ਤੇ ਬੋਲਤਾ ਸੀ ਕਿ ਅਮਰਤਾ ਵੜਿੰਗ ਉੱਥੋਂ ਕੈਂਡੀਡੇਟ ਹੋਣਗੇ ਮੈਂ ਕਹਿਤਾ ਸੀ ਨਾ ਤੁਸੀਂ ਅਗਰ ਉਹ ਟਿਕਟ ਮਿਲ ਜਾਂਦੀ ਤੇ ਕੀ ਇਹ ਸਵਾਲ ਬੰਦਾ ਸੀ ਫਿਰ ਸਭਦਨ ਵੀ ਰਾਜਾ ਵੜਿੰਗ ਪਰਿਵਾਰਵਾਦ ਨੂੰ ਵਾਧਾ ਦੇ ਰਿਆ ਆਪ ਆਮ ਘਰੋਂ ਉੱਠ ਕੇ ਵੱਡੇ ਘਰਾਨਿਆਂ ਦੇ ਉਲਟ ਲੜ ਕੇ ਵੱਡੇ ਪਰਿਵਾਰਾਂ ਦੇ ਉਲਟ ਲੜ ਕੇ ਅੱਜ ਆਪਣੇ ਪਰਿਵਾਰ ਨੂੰ ਦੁਬਾਰਾ ਆਪਣਾ ਕੀ ਕਹਿੰਦੇ ਤੁਹਾਨੂੰ ਉਹਨਾਂ ਨੂੰ ਅੱਗੇ ਵਧਾਨ ਲਾ ਪਿਆ ਅੱਜ ਆਪਣੇ ਇਹਦਾ ਮੁੰਡਾ ਨਹੀਂ ਹੈਗਾ ਅੱਜ ਇਹ ਵਾਈਫ ਨੂੰ ਲੈ ਆਇਆ ਪਹਿਲੀ ਵਾਰ ਰਾਜਾ ਵੜਿੰਗ ਨੂੰ ਮੌਕਾ ਮਿਲਿਆ ਮੇਰੇ ਮੇਰੇ ਲੀਡਰਸ਼ਿਪ ਨਹੀਂ ਨਹੀਂ ਸਿਮਰਨ ਜੀ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਮੈਨੂੰ ਇਸ ਗੱਲ ਦਾ ਮੈਨੂੰ ਇਸ ਕੈਮਰਾ ਕਹਿ ਕੇ ਕਿਉਂ ਕਿ ਰਾਜਾ ਵੜਿੰਗ ਬੈਟਰ ਕੈਂਡੀਡੇਟ ਸੀ ਮੈਂ ਕਹਿੰਦਾ ਸਾਰੇ ਸਭ ਨੂੰ ਪਤਾ ਪਰ ਰਾਜਾ ਵੜਿੰਗ ਬੈਟਰ ਕੈਂਡੀਡੇਟ ਸੀ ਮਤਲਬ ਕਿ ਜੇ ਉਹ ਬੈਟਰ ਸੀਗੇ ਤਾਂ ਜਿਹਨੂੰ ਟਿਕਟ ਦਿੱਤੀ ਉਹ ਕਮਜ਼ੋਰ ਕਰ ਦਿੰਦਾ ਪਰ ਰਾਜਾ ਵੜਿੰਗ ਦੇ ਕਾਰਨ ਸਮਝੋ ਨਾ ਇੱਕ ਸੀਟ ਦੇ ਉੱਤੇ ਸਾਰੀ ਰਾਜਾ ਵੜਿੰਗ ਕਨਸੈਂਟਰੇਸ਼ਨ ਕਰਕੇ ਬਾਕੀ 12 ਸੀਟਾਂ ਨੂੰ ਕਮਜ਼ੋਰ ਕਰ ਦਿੰਦਾ ਅੱਜ ਰਾਜਾ ਵੜਿੰਗ ਰਾਜਾ ਵੜਿੰਗ ਅੱਜ ਜਦੋਂ ਆਪ ਦੀ ਇਲੈਕਸ਼ਨ ਚਰਨਜੀਤ ਚੰਨੀ ਉੱਥੇ ਜਲੰਧਰ ਲੜ ਰਹੇ ਆ ਅੱਜ ਚਰਨਜੀਤ ਚੰਨੀ ਕੀ ਬਾਕੀ ਸੀਟਾਂ ਤੇ ਜਾ ਸਕਦੇ ਉੱਥੋਂ ਨਿਕਲਣਾ ਪੋਸੀਬਲ ਹੈਗਾ ਲੇਕਿਨ ਪਹਿਲੀ ਲਿਸਟ ਵਿੱਚ ਅਨਾਉਂਸਮੈਂਟ ਹੋਈ ਆ ਜਦੋਂ ਹਰਸਿਮਰਤ ਕੌਰ ਬਾਦਲ ਉੱਥੇ ਇਲੈਕਸ਼ਨ ਲੜਦੀ ਆ ਸੁਖਬੀਰ ਬਾਦਲ ਦਾ ਮੈਕਸਿਮਮ ਟਾਈਮ ਕਿੱਥੇ ਜਾਂਦਾ ਬਠਿੰਡੇ ਦੇ ਵਿੱਚ ਅਗਰ ਪਾਰਟੀ ਨੇ ਸਟ੍ਰੈਟੇਜੀਕਲੀ ਇਹ ਫੈਸਲਾ ਕੀਤਾ ਵੀ ਨਹੀਂ ਰਾਜਾ ਯਾਰ ਤੂੰ 13 ਸੀਟਾਂ ਤੇ ਜਾਣਾ ਯਾਰ ਰਾਜੇ ਨੇ ਖੁਦ ਇਹ ਫੈਸਲਾ ਕੀਤਾ ਵੀ ਯਾਰ ਮੈਂ 13 ਸੀਟਾਂ ਤੇ ਜਾਣਾ ਚਾਹਨਾ ਅਗਰ ਇੱਕ ਸੀਟ ਦੇ ਵਿੱਚ ਅਸੀਂ ਕਮਜ਼ੋਰ ਉਹ ਤਾਂ ਸਮਾਂ ਦੱਸੂਗਾ ਵੀ ਕਮਜ਼ੋਰ ਕੌਣ ਤੇ ਮਾੜਾ ਕੌਣ ਲੇਕਿਨ ਅਗਰ ਰਾਜਾ ਵੜਿੰਗ ਅੱਜ ਇਹ ਫੈਸਲਾ ਕਰ ਰਿਹਾ ਮੈਂ 13 ਸੀਟਾਂ ਤੇ ਜਾਣ ਦਾ ਔਰ ਰਾਜਾ ਵੜਿੰਗ ਇਹ ਫੈਸਲਾ ਕਰ ਰਿਹਾ ਨਹੀਂ ਯਾਰ ਮੈਂ ਆਪਣੀ ਘਰ ਵਾਲੀ ਦੀ ਬਜਾਏ ਇੱਕ ਸੀਟ ਦੇ ਦੇਣ ਦੀ ਬਜਾਏ ਮੈਂ ਕਿਸੇ ਆਮ ਬੰਦੇ ਨੂੰ ਦੂੰ ਅੱਜ ਰਾਜਾ ਵੜਿੰਗ ਇਸ ਮੋਰਲ ਅਥਾਰਟੀ ਦਾ ਉੱਤੇ ਕਾਬਜ ਆ ਵੀ ਰਾਜਾ ਵੜਿੰਗ ਦੇ ਮੋਰਲ ਅਥਾਰਟੀ ਦੇ ਉੱਤੇ ਕਾਬਜ ਆ ਵੀ ਮੈਂ ਪਰਿਵਾਰ ਨੂੰ ਵਾਧਾ ਨਹੀਂ ਦਿੱਤਾ ਮੈਂ ਵਧਾਇਆ ਨਹੀਂ ਅੱਜ ਜਿਹੜੇ ਕੈਪਟਨ ਅਮਨਦਰ ਸਿੰਘ ਕਿਹਦੀ ਟਿਕਟ ਮੰਗਦਾ ਸੀ ਆਪਣੀ ਵਾਈਫ ਦੀ ਆਪਣਾ ਜੀ ਕਹਿੰਦਾ ਉਹਨਾਂ ਨੇ ਕਿਹਦੀ ਟਿਕਟ ਮੰਗੀ ਸੀ ਪਿਛਲੀ ਵਾਰ ਅੱਜ Eid ਦੀ ਪਾਰਟੀ ਚੇਂਜ ਵੇਖੋ ਨਾ ਪ੍ਰਤਾਪ ਬਾਜਵਾ ਜੀ ਨੇ ਮੰਗੀ ਸੀ ਉਦੋਂ ਆਪਣੀ ਵਾਈਫ ਦੀ ਪਿਛਲੀ ਵਾਰ ਹੂੰ ਜਾਖੜ ਸਾਹਿਬ ਨੇ ਦਿਵਾਤੀ ਆਪਣੇ ਭਤੀਜੇ ਨੂੰ ਟਿਕਟ ਮੈਂ ਇਸ ਚੀਜ਼ ਨੂੰ ਮਹਿਸੂਸ ਕੀਤਾ ਰਵਨੀਤ ਬਿੱਟੂ ਨੂੰ ਮਿਲੀ ਬਿਆਨ ਸਿੰਘ ਕਰਕੇ ਟਿਕਟ ਵਿਕਰਮ ਚੌਧਰੀ ਨੂੰ ਮਿਲੇ ਉਹਦੇ ਪਰਿਵਾਰ ਕਰਕੇ ਟਿਕਟ ਆ ਸਾਰੇ ਪਰਿਵਾਰਵਾਦ ਸਾਡਾ ਕਾਂਗਰਸ ਚ ਜਮ੍ਹਾਂ ਪੂੰਦੀ ਔਰ ਅੱਜ ਪਰਿਵਾਰਵਾਦ ਵਾਲੇ ਸਾਰੇ ਕਿੱਥੇ ਆ? ਵਿਨੇਬਿਲਟੀ ਵੀ ਤਾਂ ਦੇਖਣੀ ਪੈਂਦੀ ਕਿੰਨੀ ਪਾਰਟੀ ਦੇ ਵਿੱਚ। ਉਹ ਵਿਨੇਬਿਲਟੀ ਪਾਰਟ ਪਿਛਲੀ ਵਾਰ 92 ਦੀ ਬਿਲਡਿੰਗ ਵਿਨੇਬਿਲਟੀ ਸੀ। ਇਹਨਾਂ ਨੇ ਵਿਨੇਬਿਲਟੀਆਂ ਵੇ ਇੱਕ ਟਿਕਟ ਦਿੱਤੀ ਇੱਕ ਹਾਈਪੋਥੈਟিক্যাল ਗੱਲ ਹੈ ਕਿ ਜੇ ਅਮਰਤਾ ਵੜਿੰਗ ਹੁੰਦੇ ਤੇ ਸਾਹਮਣੇ ਹਰ ਸਿਮਰਤ ਬਾਦਲ ਹੋਣ ਤੁਹਾਨੂੰ ਲੱਗਦਾ ਅਮਰਤਾ ਵੜਿੰਗ ਸੀਟ ਕੱਟਦੇ ਸੀ ਮੈਂ ਕਹਿੰਦਾ ਮੈਂ ਮੇਰੇ ਹਿਸਾਬ ਨਾਲ ਅੱਜ ਸ਼ਾਇਦ ਕੀ ਪਤਾ ਜੀਤਮਿੰਦਰ ਵੀ ਕੱਢ ਜਾ ਹਰ ਸਿਮਰਤ ਦੇ ਜੋ ਕਾਲੀ ਦਲ ਦਾ ਹਾਲ ਹੈ ਗੱਲ ਲੇਕਿਨ ਸਵਾਲ ਕੀ ਆ ਇੱਕ ਪ੍ਰਿੰਸੀਪਲ ਤੇ ਲੜਾਈ ਕਿਤੇ ਨਾ ਕਿਤੇ ਤਾਂ ਮੱਕੜ ਸਾਹਿਬ ਆਣੀ ਚਾਹੂਗੀ ਨਾ ਜਿਹੜੀ ਤੁਸੀਂ ਸ਼ੁਰੂ ਚ ਗੱਲ ਕੀਤੀ ਅੱਜ ਜਦੋਂ ਪ੍ਰਿੰਸੀਪਲਸ ਦੀ ਗੱਲ ਹੁੰਦੀ ਆ ਜਦੋਂ ਆਪਾਂ ਇਹਨਾਂ ਦੀ ਉਦੋਂ ਆਪਾਂ ਵਿਨੇਬਿਲਟੀ ਲੈ ਜਾਂਦੇ ਆ ਨਹੀਂ ਯਾਰ ਇੱਥੇ ਛਾਡੇ ਪ੍ਰਿੰਸੀਪਲ ਨੂੰ ਮਾਰਦੀ ਹੈ ਵਿਨੇਬਿਲਟੀ ਲੈ ਆਈਏ ਅਗਰ ਅੱਜ ਕਾਂਗਰਸ ਪਾਰਟੀ ਨੇ ਇੱਕ ਵੀ ਪਰਿਵਾਰਵਾਦ ਦੇ ਨਾਂ ਦੇ ਉੱਤੇ ਟਿਕਟਾਂ ਨਹੀਂ ਦਿੱਤੀਆਂ ਤੇ ਕੀ ਉਹਦੇ ਵਿੱਚ ਭਾਵੇਂ ਸਾਡੀ ਇੱਕ ਸੀਟ ਦਾ ਸਾਨੂੰ ਨੁਕਸਾਨ ਹੁੰਦਾ ਹੋਵੇ ਲੇਕਿਨ ਅੱਜ ਰਾਜਾ ਵੜਿੰਗ ਇਸ ਮੋਰਲ ਅਥਾਰਟੀ ਦੇ ਉੱਤੇ ਖੜਾ ਹੋ ਗਿਆ ਵੀ ਨਹੀਂ ਯਾਰ ਮੈਂ ਆਪਣਾ ਪ੍ਰੋਗਰਾਮ ਜਿਹੜੇ ਪ੍ਰਿੰਸੀਪਲ 'ਚ ਟਿਕਟ ਲਾਇਆ ਜਿਹੜੇ ਆਲਰੇਡੀ ਉੱਥੇ ਬੈਠੇ ਤੁਹਾਡੇ ਟਕਸਾਲੀ ਕਾਂਗਰਸੀ ਇੰਨੇ ਸਾਲਾਂ ਤੋਂ ਮਿਹਨਤ ਕਰ ਰਹੇ ਸੀਗੇ ਉਹ ਕਾਂਗਰਸੀ ਇਗਨੋਰ ਹੋਗੇ ਪਰ ਕੀ ਉਹ ਉੱਥੇ ਦੋ ਦਿਨ ਪਹਿਲਾਂ ਇੱਕ ਬੰਦਾ ਜੁਆਇਨ ਕਰਾਉਣੀ ਉਹਨੂੰ ਟਿਕਟ ਦੇ ਦੇਣੇ ਉੱਥੇ ਕਿਹੜਾ ਪ੍ਰਿੰਸੀਪਲ ਹੈ ਉੱਥੇ ਪ੍ਰਿੰਸੀਪਲ ਹਰ ਦੇਖੋ ਹਰ ਆਪਣੇ ਬੰਦਾ ਆਪਣੀ ਸੂਟ ਕਰਨ ਨੂੰ ਨਾ ਮੈਂ ਆਪਣੇ ਪ੍ਰਿੰਸੀਪਲ ਬਣਾ ਦਊਗਾ ਮੈਂ ਧਰਮਵੀਰ ਗਾਂਧੀ ਤੁਹਾਨੂੰ ਪੰਜ ਮੈਰੇ ਵਿਨੇਬਿਲਟੀ ਦੇਖੀ ਨਾ ਨਹੀਂ ਨਹੀਂ ਵਿਨੇਬਿਲਟੀ ਵਿਨੇਬਿਲਟੀ ਨਾਲ ਇੱਕ ਹੋਰ ਚੀਜ਼ ਵੇਖੀ ਇੱਕ ਹੋਰ ਚੀਜ਼ ਵੇਖੀ ਧਰਮਵੀਰ ਗਾਂਧੀ ਐਂਟੀ ਫਾਸਿਸਟ ਫੋਰਸ ਫੋਰਸਾ ਨਾਲ ਧਰਮਵੀਰ ਗਾਂਧੀ ਡੈਮੋਕ੍ਰੇਸੀ ਦੇ ਪ੍ਰਿੰਸੀਪਲਸ ਵਾਸਤੇ ਔਰ ਆਰਐਸਐਸ ਦੇ ਖਿਲਾਫ Hindu ਹੋਣ ਦੇ ਨਾਲ-ਨਾਲ ਅੱਜ ਉਹ ਫਾਸਟਸਟ ਫੋਰਸਾਂ ਨਾਲ ਸੈਕੂਲਰਿਜ਼ਮ ਦੇ ਨਾਮ ਦੇ ਉੱਤੇ ਔਰ ਡੈਮੋਕ੍ਰੇਸੀ ਦੇ ਨਾਮ ਦੇ ਉੱਤੇ ਮੈਨੂੰ ਉਸ ਤੋਂ ਬੈਟਰ ਬੁਲਾਰਾ ਬੈਟਰ ਸਪੀਕਰ ਤੁਸੀਂ ਵਿਖਾ ਦਿਓ ਅੱਜ ਕਾਂਗਰਸ ਦੇ ਵਿੱਚ ਠੀਕ ਆ ਉੱਥੇ ਵਰਕਰ ਨੂੰ ਵੀ ਮਾਨਤਾ ਦੇਣੀ ਆ ਲੇਕਿਨ ਕੀ ਇਹੋ ਜੇ ਚੰਗੇ ਚਿਹਰਿਆਂ ਨੂੰ ਕਾਂਗਰਸ ਪਲੇਟਫਾਰਮ ਨਹੀਂ ਦੇ ਸਕਦੀ ਅਗਰ 14 ਦੇ ਵਿੱਚ ਪਟਿਆਲੇ ਵਾਲੇ ਲੋਕ ਉਦੋਂ ਮਹਾਰਾਣੀ ਨੂੰ ਹਰਾ ਸਕਦੇ ਆ ਤੇ ਅੱਜ ਕਾਂਗਰਸ ਜਦੋਂ ਚੰਗੇ ਬੰਦਿਆਂ ਨੂੰ ਚਿਹਰੇ ਲੈ ਕੇ ਅੱਗੇ ਆ ਰਹੀ ਆ ਜਾਂ ਚੰਗੇ ਪਲੈਟਫਾਰਮ ਤੇ ਲੈ ਕੇ ਆਉਣਾ ਚਾਹਦੀ ਆ ਕਾਂਗਰਸ ਪਾਰਟੀ ਤੇ ਕੀ ਸਾਨੂੰ ਉਸ ਗੱਲ ਦੀ ਛਲਾਗਾ ਕਰਨੀ ਚਾਹੀਦੀ ਆ ਉਦੋਂ ਵਿੱਚ ਵੀ ਕਿੰਤੂ ਪਰੰਤੂ ਹੋਣੇ ਚਾਹੀਦੀ ਆ ਮੈਂ ਕਹਿੰਦਾ ਡਾਕਟਰ ਦਰਮਵੀਰ ਗਾਂਧੀ ਦੇ ਅਕਸ ਦੇ ਉੱਤੇ ਕੋਈ ਸਵਾਲ ਚੱਕ ਦੋ ਸਾਨੂੰ ਪਾਰਟੀ ਦੇ ਕੈਡਰ ਨੂੰ ਨਾਰਾਜ਼ ਹੋ ਕੇ ਸਾਨੂੰ ਕਈ ਔਖੇ ਫੈਸਲੇ ਕਰਨੇ ਪੈ ਰਹੇ ਆ ਤੇ ਜੇ ਵਿਰੋਧ ਚ ਹੀ ਚਲੇਗੇ ਤੁਹਾਡੇ ਤੇ ਫਿਰ ਵਿਰੋਧ ਤੋਂ ਇੰਨਾ ਡਰਦੇ ਕਿਉਂ ਆ ਸਾਰੇ ਰਾਜਾ ਵੜਿੰਗ ਨੂੰ ਇੱਥੋਂ ਭੱਜਣਾ ਪੈਂਦਾ ਉਸ ਮੀਟਿੰਗ 'ਚ ਜਾਣਾ ਪੈਂਦਾ ਪਟਿਆਲੇ ਰਾਜੇ ਵੜਿੰਗ ਤਾਂ ਮੈਨੂੰ ਤਰਸਾਨ ਲੱਗ ਪਿਆ ਘਰ ਦੀ ਨੂੰ ਮਨਾंदे ਮਨਾंदे ਸਾਰੇ ਪਾਰਟੀ ਨੂੰ ਮਨਾਣਾ ਪੈ ਰਿਹਾ ਉਹਨੂੰ ਸਾਰਾ ਬੋਝ ਉਹਦੇ ਤੇ ਆ ਠੀਕ ਹੈ ਨੂੰ ਮਨਾਣਾ ਪੈ ਰਿਹਾ ਨਾਰਾ ਪਹਿ ਰਿਹਾ ਅਕਲੇਸ਼ ਪੈ ਗਿਆ ਮੈਂ ਕਹਿੰਦਾ ਫੁੱਲ ਰਾਮ ਰੌਲਾ ਪਿਆ ਹੋਇਆ ਹੈ ਤੁਸੀਂ ਪਤਾ ਕਰ ਲਓ ਗੱਲ ਮੈਂ ਇਸ ਗੱਲ ਕਰਕੇ ਸ਼ਾਇਦ ਮੇਰੀ ਮੇਰੀ ਇੱਜ਼ਤ ਵਧ ਰਾਜੇ ਵੜਿੰਗ ਵਾਸਤੇ ਮੇਰੇ ਨਾਰਾਜ਼ ਨਹੀਂ ਰਾਜੇ ਵੜਿੰਗ ਮੈਂ ਕਹਿੰਦਾ ਤੁਸੀਂ ਉਹਨਾਂ ਤੋਂ ਪੁੱਛ ਲਿਓ ਖੁਦ ਦੱਸ ਦੇਣਗੇ ਵੀ ਆਹ ਕੱਲ ਪਰਸੋਂ ਇੱਕ ਇੰਟਰਵਿਊ ਦੇ ਰਹੇ ਸੀ ਕਹਿੰਦੇ ਮੇਰੇ ਨਾਲ ਬੋਲ ਨਹੀਂ ਰਹੀ ਅਮਰਤਾ ਵੜਿੰਗ ਉਹਨਾਂ ਨੇ ਆਪ ਕਿਹਾ ਮੈਂ ਤੁਹਾਨੂੰ ਕਹਿ ਰਿਹਾ ਇਸ ਕਰਕੇ ਸ਼ਾਇਦ ਮ ਬਾਤ ਇੱਕ ਹੈ ਕਿ ਵੈਸੇ ਅਜੇ ਇੱਕ ਚਰਚਾ ਇਹ ਵੀ ਹੈ ਇੱਕ ਚਰਚਾ ਇਹ ਵੀ ਹੈ ਕਿ ਅਜੇ ਮੇਲਾ ਮੁੱਕਿਆ ਨਹੀਂ ਫਿਰੋਜ਼ਪੁਰੋਂ ਕਹਿੰਦੇ ਸੈਟਿੰਗ ਹੋ ਸਕੀ ਹੈ ਅਮਰਤਾ ਵੜਿੰਗ ਫਿਰੋਜ਼ਪੁਰ ਉਹ ਵੀ ਲੱਗ ਸਕਦੀ ਹੈ ਫਿਰ ਜੰਨੀਆਂ ਮੈਂ ਫਿਰ ਮੈਂ ਜੰਨੀਆਂ ਗੱਲਾਂ ਕੀਤੀਆਂ ਮੈਂ ਤੁਹਾਡੇ ਦੁਬਾਰਾ ਕੈਮਰੇ ਤੇ ਆ ਕੇ ਮੈਂ ਫਿਰ ਦੁਬਾਰਾ ਬੋਲ ਕੇ ਜਾਊਂਗਾ ਫਿਰ ਮੈਂ ਦੁਬਾਰਾ ਗੱਲ ਕਰੂੰਗਾ ਤਾਈ ਕਹਿ ਰਹੇ ਆ ਜੇ ਤੁਸੀਂ ਇੰਨੀ ਤਰੀਫਾਂ ਨਾ ਕਰੋ ਅਜੇ ਇੰਨਾ ਅਜੇ ਬਹੁਤ ਖੁਸ਼ਪਿਆ ਹੈ ਮੈਂ 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 ਰਾਜੇ ਵੜਿੰਗ ਦੀ ਕਈ ਗੱਲਾਂ ਨਾਲ ਤੁਸੀਂ ਰਾਜਾ ਵੜਿੰਗ ਨੂੰ ਤੁਸੀਂ ਕਹਾਂਗੇ ਮੈਂ ਤਾਂ ਦਾਤ ਦਿਨਾ ਰਾਜਾ ਵੜਿੰਗ ਤੋਂ ਵਧੀਆ ਬੰਦਾ ਕੋਈ ਨਹੀਂ ਨਹੀਂ ਮੈਂ ਬਿਲਕੁਲ ਨਹੀਂ ਕਿਹਾ ਮੈਂ ਵਧੀਆ ਬੰਦਾ ਬਿਲਕੁਲ ਨਹੀਂ ਕਿਹਾ ਮੈਂ ਬਿਲਕੁਲ ਨਹੀਂ ਕਿਹਾ ਵੀ ਰਾਜੇ ਵੜਿੰਗ ਤੋਂ ਵਧੀਆ ਮੇਰੀ ਮੇਰੀ ਸੋਚ ਜਿਹੜੀ ਆ ਪਹਿਲੀ ਗੱਲ ਤਾਂ ਨਾ ਕਿਸੇ ਦੀ ਇੰਨੀ ਤਾਰੀਫ ਕਰੋ ਵੀ ਬਾਤ ਸ਼ਬਦ ਵਾਪਸ ਲੈਣੇ ਪੈਣ ਪਤਾ ਕਿ ਬਰੋਜਪੁਰ ਉਹ ਅਨਾਉਂਸ ਹੋ ਗਿਆ ਬਾਅਦ ਕਹਿਣ ਕਿ ਇਹ ਪਾਰਟੀ ਨੇ ਟਿਕਟ ਜਿਵੇਂ ਕਾਮ ਗੱਲ ਹੈ ਕਿ ਪਾਰਟੀ ਨੇ ਜ਼ਿੰਮੇਵਾਰੀ ਲਾਤੀ ਮੈਂ ਦੱਸੂਗੀ ਫਿਰ ਅਸੀਂ ਫਿਰ ਫਿਰ ਅਸੀਂ ਮੰਨਾਂਗੇ ਵੀ ਤੁਹਾਡਾ ਬਠਿੰਡੇ ਹੱਕ ਬੰਦਾ ਸੀ ਫਿਰ ਕਵਾਂਗੇ ਫਿਰ ਬਠਿੰਡੇ ਉਹ ਲੜਦੇ ਫਿਰ ਤੁਹਾਨੂੰ ਪਤਾ ਲੱਗੇ ਬਰਿੰਦਰ ਢਿੱਲੋਂ ਕੰਪੇਨ ਕਰਨ ਉੱਥੇ ਬਰੋਜਪੁਰ ਜਾ ਰਹੇ ਮੈਂ ਬਿਲਕੁਲ ਨਹੀਂ ਮਤਲਬ ਹੀ ਨਹੀਂ ਫਿਰ 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 ਸ਼ਰਿਆਮ ਸਾਹਮਣੇ ਆ ਜੂਗੀ ਤੁਸੀਂ ਇਹ ਮੰਨਦੇ ਹੋ ਓਨ ਅ ਸੀਰੀਅਸ ਨੋਟ ਕਿ ਪਾਰਟੀਆਂ 'ਚ ਸਭ ਕੁਝ ਠੀਕ ਨਹੀਂ ਹੈ ਬਰਿੰਦਰ ਢਿੱਲੋਂ ਜੋ ਕੁਝ ਆਪਾਂ ਇਹ ਮੈਂ ਤੁਹਾਡੇ ਕਹਿ ਤਾ ਪਹਿਲਾਂ ਮੈਂ ਐਵੇਂ ਕਹੀ ਜਾਵਾਂ ਨਹੀਂ ਨਹੀਂ ਸਭ ਕੋ ਠੀਕ ਕਾਂਗਰਸ ਪਾਰਟੀ 'ਚ ਬਹੁਤ ਕਮੀਆਂ ਪੇਸ਼ੀਆਂ ਹੈਗੀਆਂ ਕਾਲੀ ਦਲ 'ਚ ਤਾਂ ਬਹੁਤ ਹੀ ਜ਼ਿਆਦਾ ਹਰ ਪਾਰਟੀ ਹਰ ਆਪਾਂ ਇਹ ਕਿਉਂ ਸੋਚਦੇ ਹਰ ਚੀਜ਼ 100% ਠੀਕ ਹੋਊਗੀ ਨਹੀਂ 100% ਨਾ ਹੋਵੇ ਪਰ ਇੱਕ اخਲਾਕੀ ਗੱਲ ਹੋਵੇ ਲੋਕਾਂ ਦੇ ਜਿਸ ਮੇਨਸਟ੍ਰੀਮ ਪੋਲਿਟਿਕਸ ਜਿਹੜੀ ਆਪਣੇ ਮੁੱਖ ਕਾਰਨ ਮੁੱਖ ਧਾਰਨਾ ਹੈ ਉਹਦੇ ਤੋਂ ਤਾਂ ਪਾਸੇ ਨਾ ਹਟੇ ਨਾ ਘਟੋ ਲੋਕਾਂ ਨੂੰ ਨਾ ਸਿਰਫ ਸੱਤਾ ਲੈਣਾ ਸੱਤਾ ਹਾਸਲ ਕਰਨਾ ਜੇ ਟੀਚਾ ਬਣ ਗਿਆ ਸਿਮਰਨ ਜੀ ਮੈਨੂੰ ਕਈ ਵਾਰ ਲੱਗਦਾ ਲੋਕਾਂ ਨੂੰ ਨਾ ਝੂਠ ਸੁਣਨਾ ਮਜ਼ਾ ਆਉਂਦਾ ਨਹੀਂ ਮੈਨੂੰ ਇਹ ਗੱਲ ਥੋੜੀ ਵਧੀਆ ਲੱ ਮੇਰੇ ਅਸਤੇ ਹੋਰ ਬਹੁਤ ਸਾਰੀਆਂ ਜਿੱਤਾਂ ਜਿੱਤਾਂ ਨੇ ਮੈਂ ਪੋਲਿਟਿਕਸ 'ਚ ਬੈਠਾ ਤੁਸੀਂ ਜੇ ਦੋ ਵਾਰੀ ਇਲੈਕਸ਼ਨ ਹਾਰ ਕੇ ਘਰੇ ਤਾਂ ਨਹੀਂ ਬਹਿ ਗਿਆ ਅੱਜ ਵੀ ਤੁਸੀਂ ਐਕਟਿਵ ਹੋ ਜਿੱਤਣਾ ਹੀ ਸਿਰਫ ਅਲਟੀਮੇਟ ਗੋਲ ਨਹੀਂ ਹੈ ਪਰ ਜੇ ਸਿਰਫ ਕੋਈ ਜਿੱਤਣ ਵਾਸਤੇ ਪਾਰਟੀਆਂ ਚਾਰ-ਚਾਰ ਬਦਲ ਰਿਹਾ ਛਾਲਾ ਮਾਲ ਰਿਹਾ ਤੇ ਫਿਰ ਲੋਕਾਂ ਦਾ ਭਲਾ ਕਿੱਥੇ ਹੋਊਗਾ ਜਾਨ ਇਹਦੇ ਵਿੱਚ ਨਾ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਵੇਖਣਾ ਚਾਹੀਦਾ ਇਹਦੇ ਵਿੱਚ ਲੋਕਾਂ ਨੂੰ ਵੀ ਥੋੜਾ ਸੋਚਣਾ ਚਾਹੀਦਾ ਹੈ ਕਿ ਦਲ ਬਦਲ ਨੂੰ ਵੋਟਾਂ ਪਾਣੀਆਂ ਕਿ ਨਹੀਂ ਪਾਣੀਆਂ ਐਦਕੀ ਪਲਟੂ ਰਾਮਾ ਨੂੰ ਵੋਟਾਂ ਪਾਣੀਆਂ ਕਿ ਨਹੀਂ ਪਾਣੀਆਂ ਇੱਕ ਅਦਾ ਪ੍ਰਿੰਸੀਪਲ ਦੇ ਉੱਤੇ ਤਾਂ ਲੋਕ ਯਾਰ ਜੀ ਅੱਜ ਵੀ ਪੰਜਾਬ ਦੇ ਵਿੱਚ ਆਪਾਂ ਨੂੰ ਮੰਨਣਾ ਪੈਣਾ ਵਾ ਵੀ ਸ਼ਰਾਬ ਦੇ ਨਾਂ ਤੇ ਵੋਟ ਪੈਂਦੀ ਪੈਸੇ ਦੇ ਨਾਂ ਤੇ ਵੋਟ ਪੈਂਦੀ ਵੋਟਾਂ ਖਰੀਦੀਆਂ ਜਾਂਦੀਆਂ ਉਹ ਵੀ ਉਸੇ ਸਮਾਜ ਦਾ ਹਿੱਸਾ ਵਾ ਜਿਸ ਸਮਾਜ ਦੇ ਵਿੱਚੋਂ ਚੰਗੇ ਲੋਕ ਆਂਦੇ ਆ ਸੋ ਜਿੱਥੇ ਸਮਾਜ ਦੇ ਵਿੱਚ ਮਾੜੇ ਲੋਕ ਆ ਉੱਥੇ ਚੰਗੇ ਲੋਕ ਆ ਜਿੱਥੇ ਪਾਰਟੀ ਦੇ ਵਿੱਚ ਚੰਗੇ ਲੋਕ ਆ ਉੱਥੇ ਮਾੜੇ ਲੋਕ ਇਹ ਤਾਂ ਚਮਕੀਲੇ ਵਾਲੀ ਗੱਲ ਹੋ ਗਈ ਵੀ ਜੋ ਲੋਕ ਸੁਣਨਾ ਚਾਹੁੰਦੇ ਆ ਉਹ ਮੈਂ ਕਹਿੰਦੀ ਨਾ ਮੈਂ ਇਹ ਕਹ ਰਿਹਾ ਪੋਲਿਟਿਕਸ ਔਰ ਇਹਦੇ ਵਿੱਚ ਦੋ ਚੀਜ਼ਾਂ 'ਚ ਫਰਕ ਹੈਗਾ ਲੋਕ ਜੋ ਸੁਣਨਾ ਚਾਹੁੰਦੇ ਆ ਤੁਹਾਨੂੰ ਸੁਣਾਣਾ ਉਹਦੇ ਅੰਦਰ ਤੁਹਾਡੀ ਐਂਟਰਟੇਨਮੈਂਟ ਆ ਤੁਹਾਡਾ ਬ ਪੋਲਿਟਿਕਸ ਲੀਡਰਸ਼ਿਪ ਪੋਲਿਟਿਕਸ ਵਿੱਚ ਤੁਸੀਂ ਲੀਡ ਕਰਨਾ ਲੋਕ ਚੰਗਾ ਨਹੀਂ ਵੀ ਸੁਣਨਾ ਚਾਹੁੰਦੇ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਵੀ ਜੋ ਮੈਂ ਕਹਿ ਰਿਹਾ ਉਹ ਚੰਗਾ ਵਾ ਫਿਰ ਜਿਹਦੇ ਮਗਰ ਲੋਕ ਲੱਗ ਜਾਂਦੇ ਉਹ ਲੀਡਰ ਬਣ ਜਾਂਦਾ ਬਾਕੀਆਂ ਚੀਜ਼ਾਂ 'ਚ ਇਹ ਨਹੀਂ ਹੁੰਦਾ ਅੱਜ ਦੇ ਸਮੇਂ 'ਚ ਤਰਾਸ਼ ਦੀ ਇਹ ਆ ਸਾਡੇ ਕੋਲ ਲੀਡਰ ਨਹੀਂ ਹੈਗੇ ਸਾਡੇ ਕੋਲ ਪੋਲਿਟਿਸ਼ੀਅਨ ਹੈਗੇ ਜਿਸ ਦਿਨ ਪੰਜਾਬ ਨੂੰ ਅੱਜ ਲੀਡਰ ਦੀ ਤਲਾਸ਼ ਆ ਪੰਜਾਬ ਅੱਜ ਲੀਡਰਸ਼ਿਪ ਲੱਭ ਰਿਹਾ ਸਟੇਟਸਮੈਨ ਲੱਭ ਰਿਹਾ ਪੰਜਾਬ ਅੱਜ ਇਸ ਕ੍ਰਾਈਸਿਸ 'ਚ ਆ ਤੁਹਾਡੇ ਕੋਲੇ ਵੀ ਹੈ ਨਹੀਂ ਪਾਰਟੀ ਕੋਲੇ ਕਮੀ ਹੈ ਨਿਕਲੂਗਾ ਕੋਈ ਨਾ ਕੋਈ ਉਭਰੂਗਾ ਸਪੇਸ ਭਰੀ ਜਾਊਗੀ ਇਸ ਸਪੇਸ ਖਾਲੀ ਨਹੀਂ ਰਹੂਗੀ ਕਦੀ ਵੀ ਔਰ ਇਸ ਕਰਕੇ ਹੀ ਪੰਜਾਬ ਦੇ ਨੌਜਵਾਨ ਕਈ ਵਾਰ ਸੱਜੇ ਜਾਂਦੇ ਆ ਖੱਬੇ ਜਾਂਦੇ ਆ ਲੈਫਟ ਰੈਡੀਕਲਸ ਰਾਈਟ ਐਕਸਟਰੀਮਿਸਟ ਇਧਰੋਂ ਉਧਰੋਂ ਉੱਪਰ ਨੀਚੋਂ ਸਿੰਗਰਾਂ ਦੇ ਵਿੱਚ ਆਪਣੇ ਹੀ ਹੀਰੋ ਲੱਭਦੇ ਆ ਕਮੇਡੀਅਨਸ 'ਚ ਆਪਣਾ ਹੀਰੋ ਲੱਭਦੇ ਆ ਪੰਜਾਬ ਤਾਂ ਆਪਣਾ ਹੀਰੋ ਲੱਭ ਹੀ ਰਿਹਾ ਔਰ ਉਹ बार-बार ਲੋਕਾਂ ਨੂੰ ਟ੍ਰਾਈ ਕਰ ਰਿਹਾ ਉਹ ਕਈ ਵਾਰ ਉਹਨਾਂ ਨੇ ਭਗਵੰਤ ਮਾਨ ਦੇ ਵਿੱਚ ਲੀਡਰਸ਼ਿਪ ਲੱਭਣ ਦੀ ਕੋਸ਼ਿਸ਼ ਕੀਤੀ ਜੋ ਕਿ ਬਹੁਤ ਬੁਰੀ ਤਰ੍ਹਾਂ ਫੇਲ ਹੋਇਆ ਅੱਜ ਉਹੀ ਸਿੱਧੂ ਮੂਸੇਵਾਲੇ ਦੀ ਤੁਸੀਂ ਗੱਲ ਕਰ ਰਹੇ ਸੀ ਆਪਾਂ ਪਹਿਲਾਂ ਸਿੱਧੂ ਮੂਸੇਵਾਲੇ ਨੂੰ ਪੰਜਾਬ ਨੇ 37000 ਵੋਟਾਂ ਪਈਆਂ 65000 ਵੋਟਾਂ ਧੋਰਾਇਆ ਤੇ ਅੱਜ ਸਿੱਧੂ ਮੂਸੇਵਾਲੇ ਦਾ ਕਲਟ ਕਿਤੇ ਉੱਪਰ ਆ ਸੋ ਇਹ 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 ਚੀਜ਼ਾਂ ਦੇ ਵਿੱਚੋਂ ਦੀ ਦੇਖਣ ਦੀ ਬੜੀ ਸਖਤ ਲੋੜ ਆ ਵੀ ਪੰਜਾਬ ਦੇ ਲੋਕ ਅੱਜ ਕਿਸ ਕ੍ਰਾਈਸਿਸ 'ਚੋਂ ਨਿਕਲ ਰਹੇ ਆ ਅੱਜ ਇੰਟੈਲੈਕਚੁਅਲ ਬੈਂਕਰਪਸੀ ਆ ਆਪਣੇ ਪੰਜਾਬ ਦੇ ਵਿੱਚ ਜਿੱਥੇ ਵੋਟਰ ਕ੍ਰਾਈਸਿਸ ਆ ਉੱਥੇ ਸਭ ਤੋਂ ਵੱਡਾ ਇੰਟੈਲੈਕਟ ਦਾ ਕ੍ਰਾਈਸਿਸ ਆ ਅੱਜ ਉੱਥੇ ਅੱਜ ਉੱਥੇ ਅੱਜ ਇੱਥੇ ਹਾਇਰ ਐਜੂਕੇਸ਼ਨ ਦਾ ਕਰਾਈਸਿਸ ਆ ਚੰਗਾ ਮਾਈਂਡ ਅੱਜ ਪੰਜਾਬ ਚ ਕੰਮ ਨਹੀਂ ਕਰ ਰਿਹਾ ਉਹ ਜਾਂ ਜਾਂ ਸੈਨ ਫਰਾਂਸਿਸਕੋ ਪਹੁੰਚ ਰਿਹਾ ਸਿਲਿਕਨ ਵੈਲੀ ਚ ਪਹੁੰਚ ਰਿਹਾ ਜਾਂ ਦਿੱਲੀ ਦੇ ਵੱਡੀਆਂ ਆਪਣੇ ਦਫਤਰਾਂ ਚ ਪਹੁੰਚ ਰਿਹਾ ਜਾਂ ਬੈਂਗਲੌਰ ਪਹੁੰਚ ਰਿਹਾ ਪੰਜਾਬ ਕਿਹੜਾ ਨੌਜਵਾਨ ਕੰਮ ਕਰ ਰਿਹਾ ਜਦ ਤੱਕ ਅਸੀਂ ਇਹ ਚੀਜ਼ਾਂ ਨੂੰ ਸਮਝ ਕੇ ਇਹਨਾਂ ਚੀਜ਼ਾਂ ਵਾਸਤੇ ਨੀਤੀਆਂ ਨਹੀਂ ਬਣਾਵਾਂਗੇ ਔਰ ਚੀਜ਼ਾਂ ਦੇ ਵਾਸਤੇ ਗੱਲਾਂ ਨਹੀਂ ਕਰਾਂਗੇ ਇਹ ਗੱਲਾਂ ਕਰਨੀਆਂ ਬਹੁਤ ਸੌਖੀਆਂ ਕੈਮਰੇ ਤੇ ਕਰਨੀਆਂ ਉੰਡੀਆਂ ਹੀ ਜ਼ਿਆਦਾ ਔਖੀਆਂ ਇਹਦੇ ਵਾਸਤੇ ਤੁਹਾਨੂੰ ਬਲੀਦਾਨ ਦੇਣੇ ਪੈਣਗੇ ਸੈਕ੍ਰੀਫਾਈਜ਼ ਕਰਨੇ ਸੋ ਇਸ ਕਰਕੇ ਇਹ ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਅੱਜ ਦੇ ਪੁਰਾਣੇ ਮਿੱਤਰ ਮਾਲਵਿੰਦਰ ਕੰਗ ਵੀ ਪੂਰਾ ਜੋਰ ਅੱਜ ਮਾਰੇ ਆ ਹਾਲਾਂਕਿ ਠੀਕ ਹੈ ਮਿੱਤਰਤਾ ਹੈ ਪੁਰਾਣੀ ਥੋਡੀ ਚੰਗੀ ਗੱਲ ਆ ਮੈਂ ਦੇਖੋ ਅਕ੍ਰੋਸ ਪਾਰਟੀ ਲਾਈਨਸ ਕਟਿੰਗ ਅਕ੍ਰੋਸ ਪਾਰਟੀ ਲਾਈਨਸ ਮੈਂ ਚਾਹਨਾ ਸਟੂਡੈਂਟ ਲੀਡਰਸ਼ਿਪ ਚੋਂ ਨਿਕਲੇ ਹੋਏ ਲੋਕ ਅੱਗੇ ਆਣ ਜਤਨ ਨਹੀਂ ਨਹੀਂ ਮੈਂ ਜਿੱਤਨ ਜਿੱਤਨ ਦੀ ਗੱਲ ਨਹੀਂ ਕਰਦਾ ਮੈਂ ਤੁਹਾਨੂੰ ਕਹਿ ਰਿਹਾ ਤੁਹਾਡੇ ਹੈਡਲਾਈਨ ਨਹੀਂ ਬਣਾਉਂਦਾ ਬਰਿੰਦਰ ਕਿ ਲੋਕ ਕਹਿ ਰਹੇ ਕਿ ਮਲਵਿੰਦਰ ਕਾਂਗੜ ਨੂੰ ਵੋਟ ਪਾ ਦਿਓ ਪਰ ਮੈਂ ਇਹ ਚਾਹੁੰਦਾ ਕਿ ਮਲਵਿੰਦਰ ਉਹ ਨਾ ਬੰਦਿਆ ਚੋਂ ਸੀਗੇ ਜਦੋਂ ਆਪਾਂ ਯੂਨੀਵਰਸਿਟੀ ਹੁੰਦੇ ਸੀਗੇ ਕਿ ਸੈਂਸਿਬਲ ਗੱਲ ਕਰਨ ਵਾਲੇ ਬੰਦਿਆ ਚੋਂ ਇੱਕ ਪਰ ਪਰ ਮਲਵਿੰਦਰ ਕੀ ਅੱਜ ਸੈਂਸਿਬਲ ਗੱਲ ਕਰ ਰਿਹਾ ਮੈਨੂੰ ਉਸ ਗੱਲ ਤੇ ਤਕਲੀਫ ਹੁੰਦੀ ਮੈਂ ਜੋ ਗੱਲ ਕੰਪਲੀਟ ਨਹੀਂ ਤੁਸੀਂ ਹੋਣ ਦਿੱਤੀ ਮੈਂ ਕਹਿੰਦਾ ਸਟੂਡੈਂਟ ਪੋਲਿਟਿਕਸ ਚੋਂ ਨਿਕਲੇ ਕਿਉਂਕਿ ਸਟੂਡੈਂਟ ਪੋਲਿਟਿਕਸ ਵਾਲੇ ਜਿਹੜੇ ਲੀਡਰ ਹੁੰਦੇ ਨਾ ਬੇਖੌਫ ਹੁੰਦੇ ਆ ਔਰ ਜੋ ਸਪੈਸ਼ਲੀ ਜਿਹੜੇ ਸੁਪਰ ਪੂਸੂ ਚੋਂ ਨਿਕਲੇ ਸੀ ਐਨਐਸਯੂ ਆਈ ਅਕਾਲੀ ਦੇ ਲਾ ਕੇ ਤਾਂ ਗਲਤੀਆਂ ਹੋ ਗਈਆਂ ਸਾਡੇ ਤੋਂ ਮੇਰੇ ਤੋਂ ਗਲਤੀ ਹੋਈ ਬਹੁਤ ਵੱਡੀ ਮੈਂ ਕਈ ਵਾਰ ਮਹਿਸੂਸ ਕਰਦਾ ਵੀ ਜਿਹੜੀ ਨੈਸ਼ਨਲ ਲੀਡਰਸ਼ਿਪ ਜੋ ਕਿ ਨੈਸ਼ਨਲ ਲੀਡਰਸ਼ਿਪ ਆ ਕੇ ਲੀਡਰਸ਼ਿਪ ਨੂੰ ਦਬ ਲੈਂਦੀ ਆ ਉਦੋਂ ਬੜੀ ਖੂਬਸੂਰਤ ਔਰ ਬੇਬਾਕ ਔਰ ਮੈਂ ਕਹਿੰਦਾ ਜ਼ਬਰਦਸਤ ਲੀਡਰਸ਼ਿਪ ਨਿਕਲਦੀ ਜਿਹੜੀ ਡਰਦੀ ਨਹੀਂ ਸੀ ਅੱਜ ਅੱਜ ਮਲਵਿੰਦਰ ਮਾਲਵਿੰਦਰ ਕੰਗ ਤਿੰਨ ਚਾਰ ਵਾਰ ਇਹਨਾਂ ਦੀ ਪਾਰਟੀ ਲਾਈਨ ਤੋਂ ਹਟ ਕੇ ਜੋ ਇਹਨਾਂ ਨੇ ਗਲਤ ਗੱਲਾਂ ਕੀਤੀਆਂ ਉਹਨਾਂ ਨਾਲ ਖੜ ਜਾਂਦਾ ਅਗਰ ਇੰਨਾ ਹੀ ਮਾਲਵਿੰਦਰ ਕੰਗ ਸਹੀ ਹੁੰਦਾ ਜਵੇਂ ਉਹਨੇ ਭਾਜਪੀ ਦਾ ਕਹਿੰਦਾ ਮੈਂ ਕਿਸਾਨੀ ਅੰਦੋਲਨ ਇਸ ਕਰਕੇ ਛੱਡੀ ਮੈਨੂੰ ਲੱਗਾ ਯਾਰ ਸਟੂਡੈਂਟ ਲੀਡਰ ਆ ਦੇਖੋ ਖੜਾ ਹੋ ਗਿਆ ਕਿਉਂਕਿ ਸਟੂਡੈਂਟ ਲੀਡਰਸ ਦੇ ਵਿੱਚ ਕਿਤੇ ਨਾ ਕਿਤੇ ਉਹ ਡਰ ਨਿਕਲੇ ਹੁੰਦਾ ਔਰ ਤੁਸੀਂ ਜਿਹੜੀ ਗੱਲ ਕਹਿੰਦਾ ਨਾ ਜਿੱਤ ਗਿਆ ਹਾਰ ਗਿਆ ਮਾਲਵਿੰਦਰ ਕੰਗ ਹਾਰ ਵੀ ਜਾਵੇ ਆਪਣੀ ਲੜਾਈ ਨਾ ਛੱਡੇ ਆਪਣਾ ਸੰਘਰਸ਼ ਨਾ ਛੱਡੇ ਇਹ ਜਿਹੜੀ ਇੱਥੇ ਕਿਸਮਤ ਆ ਨਾ ਆਪਨਾ ਉਹ ਬਹੁਤ ਵੱਡਾ ਰੋਲ ਪਲੇ ਕਰਦੀ ਆ ਵੱਡੀ ਵੱਡੇ ਤਗਮਿਆਂ ਨੂੰ ਮੋਦੀ ਕਦੀ ਜ਼ਿੰਦਗੀ ਚ ਐਮਐਲਏ ਨਹੀਂ ਬਣਿਆ ਸੀ ਸਿੱਧਾ ਹੀ ਮੁੱਖ ਮੰਤਰੀ ਬਣਿਆ ਉਹਦੀ ਕਿਸਮਤ ਸੀ ਮੋਦੀ ਮੋਦੀ ਨੂੰ ਜਿਹਨੂੰ ਅਮਰੀਕਾ ਨੇ ਬੈਨ ਕੀਤਾ ਹੋਇਆ ਸੀ ਸਿੱਧਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅੱਜ ਤੱਕ ਕਦੀ ਕੋਈ ਇਲੈਕਸ਼ਨ ਨਹੀਂ ਜਿੱਤੇ ਸੀ ਸਿੱਧਾ ਕਿੱਥੇ ਪਹੁੰਚੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਇਹ ਜਿਹੜੇ ਟੈਗਸ ਟਾਈਟਲਸ ਆ ਨਾ ਇਹ ਤਾਂ ਘਰੇ ਆ ਕੇ ਲੋਕ ਦੇ ਕੇ ਜਾਣਗੇ ਜਦੋਂ ਤੁਹਾਡੀ ਲੀਡਰਸ਼ਿਪ ਕਾਮਯਾਬ ਹੋ ਜੂਗੀ ਸੋ ਇਹ 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 ਮਸਲਾ ਨਹੀਂ ਹੈਗਾ ਮਾਲਵਿੰਦਰ ਕਾਂਗ ਹਾਰ ਵੀ ਜਾਊਗਾ ਤੇ ਜਿੱਤ ਵੀ ਜਾਊਗਾ ਅਗਰ ਮਾਲਵਿੰਦਰ ਕਾਂਗ ਨੂੰ ਆਪਾਂ ਹੀ ਚੜਾ ਦਿੰਨੇ ਆ ਉਹ ਬਾਈ ਐਮਪੀ ਬਣ ਗਿਆ ਉਹ ਐਮਐਲਏ ਫਿਰ ਕੀ ਹੋ ਗਿਆ ਜੀ ਐਮਪੀ ਐਮਐਲਏ ਬਣ ਗਿਆ ਕੋਈ ਰੱਬ ਤਾਂ ਨਹੀਂ ਬਣ ਗਿਆ ਕੀ ਐਮਪੀ ਐਮਐਲਏ ਕਿੰਨੇ ਬਣਦੇ ਆ ਹਰ ਸਾਲ ਕਿੰਨੇ ਟੈਂਦੇ ਆ ਹਰ ਸਾਲ ਕਿੰਨੇ ਕੀ ਹੁੰਦੇ ਐਮਐਲਏ ਐਮਪੀ ਲੀਡਰ ਕੌਣ ਆ ਗੱਲ ਤਾਂ ਇਹ ਆ ਵੀ ਇਹਨਾਂ ਦੇ ਵਿੱਚੋਂ ਸਾਰਿਆਂ ਤੋਂ ਲੀਡਰ ਕਿਹੜਾ ਬਣਿਆ ਅੱਜ ਵੀ ਕਿਹੜਾ ਉਹ ਅੱਜ ਉਹਨਾਂ ਦੀ ਲੋਡ ਹੈਗੀ ਆ ਪੰਜਾਬ ਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਕਲਟ ਸੀ ਇੱਕ ਟਾਈਮ ਦੇ ਉੱਤੇ ਆ ਇੱਥੋਂ ਗਏ ਅੰਬਰਸਨੋਂ ਗਏ ਅੰਬਰਸਰ ਕੀ ਸੀ ਕੈਪਟਨ ਅਮਰਿੰਦਰ ਸਿੰਘ ਜਾ ਕੇ ਲੱਖ ਵੋਟ ਤੇ ਜੇਤ ਲਈ ਰ ਆ ਕੇ ਪਰਾ ਮਾਰਿਆ ਸੋ ਇਹ ਇਹ ਚੀਜ਼ ਆ ਮੈਟਰ ਕਰਦੀਆਂ ਵਾ ਰਾਜਨੀਤੀ ਵਿੱਚ ਆ ਐਮ ਐਲ ਏ ਐਮ ਪੀ ਦੇ ਤਾਂ ਨਾ ਮੇਰੇ ਮਨ ਦੇ ਵਿੱਚ ਮਤਲਬ ਮੈਂ ਸਹੀ ਜਿਹੜਾ ਵੀ ਨੌਜਵਾਨ ਵੀ ਬਣਨਾ ਚਾਹੁੰਦਾ ਨਾ ਐਮ ਐਲ ਏ ਐਮ ਪੀ ਲੋਕ ਘਰ ਆ ਕੇ ਬਣਾ ਕੇ ਜਾਣਗੇ ਜਦ ਦਿਨ ਬਣਾਣਾ ਹੋਊਗਾ ਜਦ ਦਿਨ ਤੁਹਾਡੀ ਕਿਸਮਤ ਚ ਹੋਊਗਾ ਤੁਸੀਂ ਆਪਣੇ ਰਾਹ ਤੇ ਚੱਲਦੇ ਰਹੋ ਤੁਸੀਂ ਆਪਣੇ ਆਪਣੇ ਤਰੀਕੇ ਨਾਲ ਚੱਲਦੇ ਰਹੋ ਔਰ ਤੁਸੀਂ ਆਪਣੇ ਪ੍ਰਿੰਸੀਪਲਸ ਨਾਲ ਕਿਤੇ ਕੰਪਰੋਮਾਈਜ਼ ਨਾ ਕਰੋ ਇੱਕ ਬੇਸਿਕ ਪ੍ਰਿੰਸੀਪਲਸ ਨਾਲ ਕਈ ਤੁਹਾਨੂੰ ਰਾਜਨੀਤੀ ਚ ਬੜੇ ਮੈਨ ਕਹਿੰਦਾ ਇੰਨਾ ਵੀ ਰਿਜਿਡ ਨਾ ਹੋ ਜਾਓ ਥੋੜੀ ਫਲੈਕਸੀਬਿਲਟੀ ਵੀ ਰੱਖੋ ਲੇਕਿਨ ਬੇਸਿਕ ਪ੍ਰਿੰਸੀਪਲਸ ਨਾਲ ਬੇਸਿਕ ਕੋਰਨਲ ਕੰਪਰੋਮਾਈਜ਼ ਨਾ ਕਰੋ ਕਿ ਥੋੜੀ ਬਹੁਤੀ ਇਨਸਾਨੀਅਤ ਥੋੜੀ ਬਹੁਤੀ ਰਾਜਨੀਤੀ ਚ ਰੱਖੋ ਕੰਮ ਇਹ ਨਹੀਂ ਆ ਵੀ ਰਗੜ ਦੋ ਨੋਚ ਦੋ ਪਿੱਛੋਂ ਵੱਢ ਦੋ ਕੱਟ ਲੋ ਇਹ ਰਾਜਨੀਤੀ ਬੰਦ ਹੋਣੀ ਚਾਹੀਦੀ ਆ ਕਿਤੇ ਤਾਂ ਥੋੜੀ ਇਨਸਾਨੀਅਤ ਨਾਲ ਰਾਜਨੀਤੀ ਕਰ ਲਈਏ ਬਹੁਤ ਧੰਨਵਾਦ ਢਿੱਲੋਂ ਸਾਹਿਬ ਸਮਾਂ ਦਿੱਤਾ ਘੱਟ ਸਮਾਂ ਸੀ ਤੁਹਾਡੇ ਕੋਲੇ ਫਿਰ ਵੀ ਤੁਸੀਂ ਬਹੁਤ ਸਾਰੀਆਂ ਰੈਲੀਆਂ ਬਹੁਤ ਸਾਰੇ ਪ੍ਰਧਾਨ ਜੀ ਦੇ ਨਾਲ ਵੀ ਤੁਹਾਡੇ ਇਵੈਂਟਸ ਨੇ ਜਿੱਥੇ ਜਾਣਾ ਹੈ ਅੱਛਾ ਮੈਂ ਫਿਰ ਤੁਹਾਨੂੰ ਕਲੀਅਰ ਕਰ ਦਿੰਦਾ ਮੈਂ ਕੋਈ ਰਾਜਾ ਵੜਿੰਗ ਦੀ ਤਾਰੀਫ਼ ਨਹੀਂ ਕੀਤੀ ਇਸ ਤਰੀਕੇ ਨਾਲ ਵੀ ਰਾਜਾ ਵੜਿੰਗੀ ਅੱਜ ਅਲਟੀਮੇਟ ਆ ਰਾਜੇਪੜੰਗ ਚ ਵੀ ਗਲਤੀਆਂ ਕਮੀਆਂ ਪੇਸ਼ੀਆਂ ਜ਼ਰੂਰ ਕਿਸੇ ਸਮੇਂ ਹੋ ਸਕਦੀਆਂ ਵਾ ਲੇਕਿਨ ਜਿਹੜੀ ਚੀਜ਼ਾਂ ਜਦੋਂ ਕੋਈ ਚੰਗੀਆਂ ਕਰਦਾ ਉਹਦੀ ਤਾਰੀਫ਼ ਜ਼ਰੂਰ ਕਰਨੀ ਚਾਹੀਦੀ ਮੈਂ ਤਾਂ ਇਹ ਕਹਿ ਰਿਹਾ ਸੀ ਵੀ ਇੰਨਾ ਵੀ ਨਾ ਕਹੋ ਵੀ ਕੱਲ ਨੂੰ ਪਤਾ ਲੱਗੇ ਜੇ ਅਜੇ ਤਾਂ 6 ਸਪੈਨ ਅਣਸੁਣੀਆਂ ਜੇ 7 ਪਈਆਂ ਪਤਾ ਲੱਗੇ ਕਿ ਤੋ ਹੋਰ ਵਰਤਾ ਬੜੇ ਕਰ ਰਿਹਾ ਫਿਰ ਮੇਰੀ ਜਿਆਦਾ ਲੀਡਰਾਂ ਨਾਲ ਬੰਦਦਾ ਕੀ ਹੋਏ ਤੇ ਪਛਤਾਵਾ ਹੋਵੇ ਮੇਰੀ ਸਿਮਰਨ ਜੀ ਜਿਆਦਾ ਲੀਡਰ ਨਾਲ ਜਿਆਦਾ ਦੇਰ ਬੰਦੀ ਵੀ ਨਹੀਂ ਹੁੰਦੀ ਮੇਰਾ ਪੇਚਾ ਪੈ ਹੀ ਜਾਂਦਾ ਹੁੰਦਾ ਛੇਤੀ ਕਰਨਾ ਕਿ ਹਾਂ ਬਹੁਤ ਧੰਨਵਾਦ ਠੀਕ ਹੈ ਜੀ ਥੈਂਕ ਯੂ ਸਿ